ਜੋ ਨਾ ਜਾਣੈ ਹਰ ਪ੍ਰਭ ਧਨੇ ਕਿਛ ਨਾਹੀ ਤਾ ਕੈ ਕਮੀ ਕਰਨੇ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਣਾ ਸਤਿਗੁਰ ਬਾਵਨ ਚੰਦਨ ਵਾਸ ਸੁਵਾਸ ਕਰੈ ਲਾਖੀਣਾ ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਣਾ ਗੁਰ ਤੀਰਥ ਦਰਿਆਉ ਹੈ ਪਸੂ ਪ੍ਰੀਤ ਕਰੈ ਪਰਬੀਣਾ ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ ਗੁਰਮੁਖ ਮਨ ਅਪਤੀਜ ਪਤੀਣਾ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤਿਹਾਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਪਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਨਿਮਰ ਬੇਨਤੀ ਪ੍ਰਵਾਨ ਕਰੋ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਿਆਰ ਸਤਿਕਾਰ ਅਦਬ ਦੇ ਨਾਲ ਹਜ਼ੂਰ ਕਿਰਪਾਲੂ ਦੇ ਪਾਵਨ ਪਵਿੱਤਰ ਮੁਬਾਰਕ ਚਰਣਾ ਕਮਲਾਂ ਵਿੱਚ ਸੀਸ ਝੁਕਾ ਕਰਕੇ ਪਿਆਰ ਭਰੀ ਗੁਰਫਤਿਹ ਦੀ ਆਸੀਸ ਬਖਸ਼ੋ ਕਰੋ ਕਿਰਪਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਅੱਜ ਸਮੁੱਚੇ ਵਰਲਡ ਦੇ ਵਿੱਚ ਬੰਦੀ ਛੋੜ ਦਿਵਸ ਬੜੀ ਧੂਮ ਧਾਮ ਦੇ ਨਾਲ ਮਨਾ ਰਹੀਆਂ ਹਨ ਤੇ ਭਾਗਾਂ ਵਾਲਿਓ ਗੁਰਮਤ ਦੀ ਰੋਸ਼ਨੀ ਦੇ ਵਿੱਚ ਆਪਾਂ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਵੀ ਬੰਦੀ ਛੋੜ ਕੌਣ ਹੈ ਸਤਿਗੁਰੂ ਸਿੱਖ ਦੇ ਬੰਧਨ ਕਿਵੇਂ ਕੱਟਦਾ ਹੈ ਇਤਿਹਾਸਕ ਸਰੋਤ ਸਾਡੇ ਕੋਲ ਮੌਜੂਦ ਹਨ ਯਾ ਸਾਡਾ ਜਿਹੜਾ ਸਾਧ ਸੰਗਤ ਗੁਰਪੁਰਬ ਹੈ ਤਿਉਹਾਰ ਹੈ ਉਹ ਬੰਦੀ ਛੋੜ ਹੈ ਜਾਂ ਦੀਵਾਲੀ ਹੈ ਬੰਦੀ ਛੋੜ ਦਿਵਸ ਤੋਂ ਜ਼ਿਆਦਾ ਧੂਮ ਧਾਮ ਦੇ ਨਾਲ ਆਪਾਂ ਦੀਵਾਲੀ ਨੂੰ ਸਮਰਪਿਤ ਹੋਏ ਹੋਏ ਹਾਂ ਭਾਗਾਂ ਵਾਲਿਓ ਮੇਰੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ
ਮਾਰਿਆ ਸ਼ਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਜਿਹੜਾ ਨਿਰਮਲ ਪੰਥ ਸੀਗਾ, ਇਸ ਦੇ ਸਾਧ ਸੰਗਤ ਆਪਣੇ ਤਿਉਹਾਰ ਆਪਣੇ ਗੁਰਪੁਰਬ ਵੱਖਰੇ ਸੀਗੇ, ਪਰ ਪਤਾ ਨਹੀਂ ਕਿਉਂ ਸਾਧ ਸੰਗਤ ਅਸੀਂ ਆਪਣੇ ਗੁਰਪੁਰਬਾਂ ਨੂੰ ਉਤਨੀ ਤਰਜੀਹ ਨਹੀਂ ਦੇ ਪਾ ਰਹੇ ਜਿਤਨੀ ਕਿ ਅਨਮਤ ਦੇ ਜਾਂ ਹੋਰ ਧਰਮਾਂ ਦੇ ਤਿਉਹਾਰਾਂ ਨੂੰ ਦੇ ਰਹੇ। ਜਿਵੇਂ ਕਿ ਹੋਲੀ ਦਾ ਤਿਉਹਾਰ ਹੋਵੇ, ਰੱਖੜੀ ਦਾ ਤਿਉਹਾਰ ਹੋਵੇ, ਤੇ ਜਿਵੇਂ ਅੱਜ ਸਾਧ ਸੰਗਤ ਜੀ ਦੀਵਾਲੀ ਦਾ ਤਿਉਹਾਰ ਹੈ, ਇਹ ਸਾਡੇ ਤਿਉਹਾਰ ਨਹੀਂ। ਤੇ ਸਾਧ ਸੰਗਤ ਦੀਵਾਲੀ ਅਸਲ ਵਿੱਚ ਇਹ ਹੁੰਦਾ ਕੀ ਹੈ, ਪਹਿਲਾਂ ਆਪਾਂ ਇਹ ਦੀਵਾਲੀ ਦੇ ਪ੍ਰਥਾਏ ਥੋੜੀ ਜਿਹੀ ਸਾਂਝ ਪਾ ਲਈਏ ਵੀ ਇਹਦੇ ਨਾਲ ਕੀ ਮਿੱਥ ਜੁੜੀ ਪਈ ਹੈ, ਤੇ ਬਾਅਦ ਦੇ ਵਿੱਚ ਸਾਨੂੰ ਬੰਦੀ ਛੋੜ ਦਿਵਸ ਦਾ ਇਤਿਹਾਸ ਜੋ ਤਕਰੀਬਨ ਆਪਾਂ ਨੂੰ ਪਤਾ ਹੈ ਉਹ ਵੀ ਆਪਾਂ ਗੁਰਮਤਿ ਦੀ ਰੋਸ਼ਨੀ ਵਿੱਚ ਸਾਂਝਾ ਕਰਨਾ ਹੈ। ਤੇ ਭਾਗਾਂ ਵਾਲਿਓ, ਮੈਂ ਦੀਵਾਲੀ ਦਾ ਥੋੜ੍ਹਾ ਜਿਹਾ ਇਤਿਹਾਸ ਆਪ ਨਾਲ ਸਾਂਝਾ ਕਰਨ ਤੋਂ ਪਹਿਲਾਂ ਇਹ ਜ਼ਰੂਰ ਆਪ ਜੀ ਨੂੰ ਬਚਨ ਕਹਿ ਦੇਵਾਂ ਵੀ ਸਿੱਖ ਪੰਥ ਦੇ ਵਿੱਚ ਬੜੀਆਂ ਦੀਵਾਲੀਆਂ ਆਈਆਂ, ਬਹੁਤ ਜ਼ਿਆਦੀਆਂ ਦੀਵਾਲੀਆਂ ਨੇ। ਸਾਨੂੰ ਕੇਵਲ ਸਾਧ ਸੰਗਤ ਜੀ ਦੁੱਖ ਹੀ ਦਿੱਤੇ ਨੇ, ਸੁੱਖ ਤਾਂ ਸਾਨੂੰ ਦਿੱਤੇ ਹੀ ਕੋਈ ਨਹੀਂ, ਸੁੱਖ ਤਾਂ ਕਿਸੇ ਇੱਕ ਅੱਧੀ ਦੀਵਾਲੀ 'ਤੇ ਸਾਨੂੰ ਮਿਲੇ ਨੇ। ਦੀਵਾਲੀ ਇਹਦਾ ਇਹਨੂੰ ਆਮ ਕਰਕੇ ਦੀਪਵਾਲੀ ਵੀ ਕਿਹਾ ਜਾਂਦਾ ਹੈ, ਬਈ ਦੀਵੇ ਬਾਲੇ ਜਾਂਦੇ ਹਨ, ਬਸ ਦੀਵਿਆਂ ਦਾ ਤਿਉਹਾਰ ਹੈ। ਤੇ ਸਨਾਤਨ ਮਤ ਦਾ ਇਹ ਤਿਉਹਾਰ ਹੈ, ਉਹਨਾਂ ਦੇ ਮੁਤਾਬਕ ਰਾਮ ਚੰਦਰ ਜੀ ਰਾਵਣ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਅੱਜ ਦੇ ਦਿਨ ਅਯੋਧਿਆ ਵਿੱਚ ਵਾਪਸ ਪਰਤੇ ਸਨ, ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਨਾ ਇਹ ਦੀਵਾਲੀ ਦਾ ਤਿਉਹਾਰ ਮਨਾਇਆ, ਦੀਵੇ ਬਾਲੇ ਸਨ, ਦੀਪਮਾਲਾ ਕੀਤੀ ਸੀ। ਤਾਂ ਭਾਗਾਂ ਵਾਲਿਓ, ਥੋੜ੍ਹਾ ਜਿਹਾ ਅਸੀਂ ਇਸ ਗੱਲ ਨੂੰ ਵਿਚਾਰਨ ਦਾ ਯਤਨ ਕਰੀਏ ਕਿ ਠੀਕ ਹੈ, ਜਿਨ੍ਹਾਂ ਦਾ ਇਹ ਤਿਉਹਾਰ ਹੈ ਉਹ ਇਸ ਤਿਉਹਾਰ ਨੂੰ ਰੱਜ ਰੱਜ ਕੇ ਮਨਾਉਣ। ਇਹ ਮਨੁ ਸਿਮਰਤੀ ਦੇ ਆਧਾਰ ਦੇ ਉੱਤੇ ਭਾਰਤ ਸਮਾਜ ਦੀ, ਯਾਨੀ ਕਿ ਭਾਰਤ ਵਿੱਚ ਰਹਿਣ ਵਾਲੀ ਮਨੁੱਖਤਾ ਦੀ ਵੰਡ ਕੀਤੀ ਗਈ, ਵੰਡੀਆਂ ਪਾ ਦਿੱਤੀਆਂ ਗਈਆਂ। ਜੇਕਰ ਇਸ ਤਿਉਹਾਰ ਦੀ ਬੁਨਿਆਦ ਨੂੰ ਵੇਖਿਆ ਜਾਏ ਤਾਂ ਇਹ ਤਿਉਹਾਰ ਜਿਹੜਾ ਦੀਵਾਲੀ ਦਾ ਪਹਿਲਾਂ ਤਾਂ ਇੱਥੋਂ ਹੀ ਗਲਤ ਹੈ। ਮੈਂ ਉਹਨਾਂ ਦੇ ਤਿਉਹਾਰਾਂ 'ਤੇ ਕੋਈ ਟੀਕਾ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਆਪਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਸਾਧ ਸੰਗਤ ਜੀ ਬਚਨ ਸਾਂਝੇ ਕਰਨੇ ਨੇ ਕਿ ਭਾਗਾਂ ਵਾਲਿਓ, ਤੁਸੀਂ ਵੇਖੋ ਚਾਰ ਵਰਨਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਉਹਨਾਂ ਦੇ ਮਿੱਥੇ ਹੋਏ ਭਗਵਾਨ ਦੇ ਦੁਆਰਾ। ਇੱਕ ਸੀ ਬ੍ਰਾਹਮਣ, ਇੱਕ ਸੀ ਖੱਤਰੀ, ਇੱਕ ਸੀ ਵੈਸ ਤੇ ਇੱਕ ਸੀ ਸ਼ੂਦਰ। ਜਿਹੜਾ ਬ੍ਰਾਹਮਣ ਹੈ ਇਹ ਕਹਿੰਦਾ ਮੈਂ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ, ਇਸ ਕਰਕੇ ਮੈਂ ਅੰਦਰੋਂ ਵੀ ਪਵਿੱਤਰ ਹਾਂ ਤੇ ਬਾਹਰੋਂ ਵੀ ਪਵਿੱਤਰ ਹਾਂ, ਮੈਂ ਜੋ ਚਾਹਵਾਂ ਉਹ ਕਰ ਸਕਦਾ ਵਾਂ। ਤਾਂ ਇਹ ਆਪਣੇ ਆਪ ਨੂੰ ਕੀ ਕਹਿੰਦਾ, ਇਹ ਕਹਿੰਦਾ ਸਾਧ ਸੰਗਤ ਜੀਓ ਕਿ ਜਿਹੜਾ ਮੇਰਾ ਤਿਆਰ ਹੈ ਉਹ ਵਿਸਾਖੀ ਹੈ, ਵਧੀਆ ਤਿਆਰ ਆਪਦੇ ਕੋਲ ਇਹਨੇ ਰੱਖ ਲਿਆ, ਤੇ ਜਿਹੜਾ ਸੀ ਸਾਧ ਸੰਗਤ ਜੀ ਖੱਤਰੀ ਇਸ ਨੂੰ ਦੇ ਦਿੱਤਾ ਦੁਸਹਿਰਾ ਕਿ ਇਹਨੇ ਰਣਭੂਮੀ ਦੇ ਵਿੱਚ ਲੜਨਾ ਹੈ, ਇਹਦੀਆਂ ਬਾਹਾਂ ਵਿੱਚ ਬਾਹੂ ਬਲ ਚਾਹੀਦਾ ਹੈ। ਤੀਜੇ ਨੰਬਰ ਦੇ ਉੱਤੇ ਸੀਗਾ ਵੈਸ, ਇਹਨਾਂ ਨੂੰ ਇਹ ਦੀਵਾਲੀ ਦਾ ਤਿਉਹਾਰ ਦੇ ਦਿੱਤਾ। ਵੈਸੇ ਇਹ ਕਿਰਤੀਆਂ ਦਾ ਤਿਉਹਾਰ ਸੀ ਜਿਹੜੇ ਮਿਹਨਤ ਕਰਿਆ ਕਰਦੇ ਸਨ, ਤੇ ਸਾਧ ਸੰਗਤ ਜੀ ਉਹ ਮਹਿੰਗਾ ਤੇ ਥੋੜੇ ਵਕਤ ਵਾਲਾ ਜਿਹੜਾ ਤਿਉਹਾਰ ਉਹ ਦੇ ਦਿੱਤਾ ਇਹ ਵੈਸ਼ਾਂ ਨੂੰ। ਦੀਵਾਲੀ ਦਾ ਤਿਉਹਾਰ ਉਹਨਾਂ ਦੇ ਹਿੱਸੇ ਵਿੱਚ ਆਇਆ, ਤੇ ਜਿਹੜੇ ਸਭ ਤੋਂ ਥੱਲੇ ਸਨ, ਸਮਝੇ ਜਾਂਦੇ ਜਿਹਨਾਂ ਨੂੰ ਪੈਰ ਦੀ ਜੁੱਤੀ ਵੀ ਆਖਿਆ ਜਾਂਦਾ ਸੀਗਾ, ਉਹ ਸਨ ਸ਼ੂਦਰ। ਤਾਂ ਸਾਧ ਸੰਗਤ ਉਹਨਾਂ ਦੇ ਵਾਸਤੇ ਤਿਉਹਾਰ ਰੱਖ ਦਿੱਤਾ ਗਿਆ ਹੋਲੀ, ਵੀ ਇਹ ਇੱਕ ਦੂਸਰੇ ਦੇ ਵਿੱਚ ਰੰਗ ਪਾਉਂਦੇ ਰਹਿਣ, ਇੱਕ ਦੂਸਰੇ ਦੇ ਉੱਤੇ ਹੜਦੰਗ ਮਚਾਉਂਦੇ ਰਹਿਣ, ਤੇ ਇਹਨਾਂ ਨੂੰ ਪਤਾ ਹੀ ਨਾ ਲੱਗ ਸਕੇ ਵੀ ਅਸੀਂ ਵੀ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਇਹ ਜਿਹੜਾ ਦੇਸ਼ ਹੈ ਇਸ ਦੇਸ਼ ਦੇ ਕਾਨੂੰਨ ਸਾਰਿਆਂ ਦੇ ਵਾਸਤੇ ਬਰਾਬਰ ਹਨ, ਤੇ ਇਹ ਫਿਰ ਸਾਡੀ ਕਿਤੇ ਬਰਾਬਰਤਾ ਦੇ ਉੱਤੇ ਆਣ ਕੇ ਨਾ ਖੜੇ ਹੋ ਜਾਣ, ਇਸ ਕਰਕੇ ਇਹਨਾਂ ਨੂੰ ਤਾਂ ਪਸ਼ੂਆਂ ਦੇ ਵਾਂਗ ਲਤਾੜ ਕਰਕੇ ਰੱਖੋ, ਇਹਨਾਂ ਉੱਤੇ ਤੁਸੀਂ ਰਾਜ ਕਰੋ। ਤਾਂ ਮੈਂ ਤੂਕ ਮਾਤਰ ਬੇਨਤੀ ਕਰ ਦੇਵਾਂ, ਕੇਵਲ 5% ਸਾਧ ਸੰਗਤ ਜੀ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ 90% ਦੇ ਉੱਤੇ ਰਾਜ ਪਏ ਕਰਦੇ ਨੇ। ਤੋ ਖੈਰ ਇਹ ਤਾਂ ਉਹਨਾਂ ਦੀ ਗੱਲ ਹੈ, ਉਹਨਾਂ ਦੇ ਧਾਰਮਿਕ ਚਿੰਨ੍ਹ ਵੀ ਵੱਖਰੇ ਵੱਖਰੇ ਮਿੱਥ ਦਿੱਤੇ ਗਏ, ਉਹਨਾਂ ਦੇ ਪਹਿਰਾਵੇ ਵੀ ਵੱਖਰੇ ਵੱਖਰੇ ਮਿੱਥ ਦਿੱਤੇ ਗਏ। ਸਾਧ ਸੰਗਤ ਵਿਤਕਰੇ ਖੜੇ ਕਰਦਾ ਹੋਵੇ ਜਿਹੜਾ ਤਿਉਹਾਰ, ਜਿਹੜੇ ਧਾਰਮਿਕ ਚਿੰਨ੍ਹ ਵਿਤਕਰੇ ਖੜੇ ਕਰਦੇ ਹੋਣ, ਮੇਰੇ ਬਾਬੇ ਨਾਨਕ ਨੇ ਪਹਿਲਾਂ ਤਾਂ ਉਹੀਓ ਕੋਈ ਨਹੀਂ ਪ੍ਰਵਾਨ ਕੀਤੇ, ਭਾਵਾਂ ਸਾਧ ਸੰਗਤ ਜੀ ਉਹ ਜਨੇਊ ਹੋਵੇ, ਭਾਵਾਂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪਾਂ ਜੋ ਬਹਿ ਕੇ ਸਾਂਝੇ ਕਰਦੇ ਪਏ ਹਾਂ, ਇਹ ਤਿਉਹਾਰ ਹੋਣ। ਵਿਤਕਰੇ ਨਹੀਂ ਪਸੰਦ, ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਹੈ ਕਿ ਸਭੈ ਸਾਂਝੀ ਵਾਲ ਸਦਾਇਨ, ਸਾਰਿਆਂ ਦੇ ਵਿੱਚ ਉਹ ਪਰਮਾਤਮਾ ਰਹਿੰਦਾ ਹੈ, ਕਾਲ ਪੁਰਖ ਵਾਹਿਗੁਰੂ ਰਹਿੰਦਾ ਹੈ, ਇਸ ਕਰਕੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਕਿਉਂ ਆਖਿਆ ਜਾਏ। ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਬਾਣੀ ਦੇ ਬਚਨ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ।
तो साध संगत जीओ इस करके दिवाली वाले दिन वो की करते हैं, वह लोग दीवे बालते हैं। तो साध संगत ये जिहड़े दीवे बालते ने अग बाली जाती है ना, चलो वो तो बालते हैं, पर यह बचन आपां सांझे करते पए हैं क्योंकि अज बहुत सारे जिहड़े गुरबाणी पढ़न वाले मेरे वीर हैं ना, उन्हां दे अंदर भी यह अनमतां ये कर्म कांड जिहड़े ने आ चुके हैं। तो साध संगत जी फर्ज बनता है भी मीडिया के जरिए जिथों जिथों तक भी यह आवाज जा रही है जां गुरमत का जो सिद्धांत है उसनु सामने रखिया जाए। सतगुरु पातशाह जी महाराज ने सानू साध संगत जी किरतम दे नाल नहीं जोड़िया, सानू किरत दे नाल जोड़िया, करते दे नाल जोड़िया। किरतम तो पावे जिहड़ी किरत साजी हुई है परमात्मा की सारी। साध संगत पंज तत् परमात्मा ने बनाए ने, अग परमात्मा ने बनाई, पानी परमात्मा ने बनाया, हवा परमात्मा ने बनाई, आकाश जिहड़ा ये परमात्मा ने बनाया, पंजे तत्। ते सतगुरु कहिंदे ने इह ते उस परमात्मा की साजी हुई एक किरत है, ते तू उस किरत दे नाल नहीं जुड़ना, तू ते करते दे नाल जुड़ना है। जिहड़ा इस नूं बनाउण वाला है, भाव तू अकाल पुरख वाहिगुरु का पुजारी है। पूजो राम एक ही देवा, तू ते एक अकाल पुरख वाहिगुरु की पूजा करनी है, एक अकाल पुरख वाहिगुरु नूं मनना। गुरु दे प्यारे सिख ने बिन करतार ना किरतम मानो, बिना करतार तो साध संगत जी किरतम नूं नहीं जे मनना। पर अफसोस है कि अज जिहड़ा सिख आ ना वो साध संगत जी किरतम दे नाल ज्यादा जुड़िया। असी अग दे पुजारी नहीं, अग नूं देवतियां दी जीभ आख्या जांदा सी, जदों हवन यज्ञ किते जांदे सी ना ते उदो साध संगत विच घिओ पाया जांदा सीगा अग दे, ते कहिंदे इह देवतियां दी जीभ है, देवतियां नूं खुराकां पहुंचदियां ने, इदां तां उह खुश हुंदे हन। तो भागा वालियो मैं बेनती करनी चाहना, साहब सच्चे पातशाह जी महाराज ने यह आख्या भी सजना तू किरतम दे कोलों किरत दे गुण धारण करने का। आ वेखो हुण महाराज कहिंदे तू अग नाल जुड़ना नहीं सी, तू अग दे कोलों अग वाला गुण लैना सी, पर तू ते अग की पूजा करनी शुरू कर दिती। साध संगत जी अग कोल अग वाला गुण किवें लैना है? आ सुखमनी साहब की पवित्र पावन बाणी आपां पढ़दे हां, ब्रह्म ज्ञानी का यह गनाओ ज्यो पावक का सहज सुभाओ। जिस तरह अग का सहज सुभाव भी जेड़ी चीज उदे लागे आउंदी है उसनू ओ साड़ दिंदी है, अपने अवगुणा दी जेड़ी मैल सी ना साध संगत जीओ ओ गुरमत दे ज्ञान ज्ञान रूपी अग दे नाल उसनू साड़ना सीगा, उस तपस नू तू ठंडा करना सी। महाराज सच्चे पातशाह कहिंदे तू ते अग दे नाल ही जुड़ गया, अग कोलों अग वाला गुण ते लिया ही। वैसे ये विद्वाना ने वीरता का गुण मन्या, अग दे कोल वीरता का गुण है, वह तू लिया ने। पानी कोलों पानी वाला गुण लैना सी, पर असी पानी की पूजा करनी शुरू कर दी। महाराज कहिंदे भी पानी की करदा, पानी है पवित्र, साढ़े तन की मैल नूं धोंदा है पानी। साध संगत जीओ महाराज कहिंदे भी तू सजना अपने ख्याल पवित्र कर पानी दे वांग, जिवें पानी पवित्र है पानी मैल नूं धो दिंदा आ, इसे तरह अपनियां विचारां नूं पवित्र कर। विचारां विच मैल नहीं होनी चाहीदी, मेर तेर नहीं होनी चाहीदी, तेरे सोहणे विचार होने चाहीदे ने अंदरों। आकाश दे कोलों असमान दे कोलों समदृष्टि वाला गुण लैणा सी, इक सब नूं अपने बराबर समझना सी। साहब सच्चे पातशाह कहिंदे कि इसे तरह हवा कोलों फुरतीला, भी हवा सदा चलदी रहिंदी है कदे रुकदी नहीं। साध संगत जीओ जिहड़ा गुरु का सिख आ ना उन्हें भी टिक के कोई नहीं बहना, भाव कि उन्हें सच्ची सुची किरत करनी, कुछ ना कुछ करते रहना। उद्यम करेंद्या जीओ तू कमावंदिया सुख पहुंच, ध्यानदिया तू प्रभु मिल नानक उतरी चिंत। गुरु का सिख वेलड़ नहीं, गुरु का सिख साध संगत जीओ किसी को मंग के नहीं खांदा, वह अपनी किरत करता है, अपना परिवार पालदा। काल खाए किछे हथों दे नानक राह पछाणै सी। इसे तरह यह अग का गुण सीगा वीरता वाला, अग का गुण सी साध संगत जी असी अवगुणा की मैल नूं अंदरों साड़ना सी, पर असी अग दे नाल जुड़ गए ते असी दीवे बालने शुरू कर दिते। आ साध संगत जी गुरु के प्यार वाले कीर्तन कर गए, एक शब्द पढ़ के गए ने, दिवाली दी रात दीवे बालियां। मैं एक बेनती करा कि वार वार इस शब्द नूं स्थाई रूप दे विच गाया जा रहा सीगा। इस ये पौड़ी है 19वीं पौड़ी की 19वीं वार की 6वीं पौड़ी है भाई गुरदास जी की रचना दे विचों। ते भाई गुरदास सिख पंथ दे ओ महान विद्वान हन जिन्हां ने साध संगत जीओ गुरमत सिद्धांतां उत्ते पूरा पूरा पहरा दिता, वहिमा भरमा भेखां पखंडा कर्म कांडा तो सानू उच्चा चुकिया।
ਤੇ ਉਹਨਾਂ ਨੇ ਤੇ ਇਸ ਸ਼ਬਦ ਦੇ ਵਿੱਚ ਖੰਡਨ ਕੀਤਾ ਦੀਵਿਆਂ ਦਾ। ਸਾਧ ਸੰਗਤ ਜਦੋਂ ਅਸੀਂ ਵਾਰ ਵਾਰ ਕੇ ਸਭ ਤੋਂ ਉੱਪਰਲੀ ਪੰਕਤੀ ਹੈ ਇਹਦੇ ਤੇ ਜ਼ੋਰ ਦੇ ਦੇ ਕੇ ਪੜ੍ਹਦੇ ਹਾਂ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤੇ ਉਸ ਵਕਤ ਇੰਜ ਜਾਪਦਾ ਵੀ ਮਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਦੀਵਾਲੀ ਨੂੰ ਕਿਸੇ ਨੇ ਘੱਟ ਦੀਵੇ ਨਹੀਂ ਬਾਲਣੇ, ਵੱਧ ਤੋਂ ਵੱਧ ਦੀਵੇ ਬਾਲਣੇ। ਤੇ ਆਮ ਕਰਕੇ ਸਾਡੇ ਸਿੱਖ ਸਮਾਜ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਜਾ ਕਰਕੇ ਵੇਖੋ, ਕੋਠਿਆਂ ਦੇ ਉੱਤੇ, ਆਪਣੇ ਮਕਾਨਾਂ ਦੇ ਉੱਤੇ, ਬਰਾਂਡਿਆਂ ਦੇ ਉੱਤੇ ਜਿੱਥੇ ਦੀਪਮਾਲਾ ਨਹੀਂ ਨਾ ਹੁੰਦੀ ਉੱਥੇ ਦੀਵੇ ਬਾਲੇ ਜਾਂਦੇ ਆ। ਤੇ ਫਿਰ ਕੋਈ ਬੰਨੀ ਰਹਿ ਨਾ ਜਾਏ, ਤੇ ਜਿਹੜੇ ਸਾਧ ਸੰਗਤ ਜੀ ਅੱਗੇ ਇੱਥੋਂ ਤੱਕ ਕਿ ਜਿਹੜੇ ਪਸ਼ੂਆਂ ਦੇ, ਡੰਗਰਾਂ ਦੇ ਜਿਹੜੀਆਂ ਹਵੇਲੀਆਂ ਹੁੰਦੀਆਂ ਨੇ ਨਾ, ਉੱਥੇ ਵੀ ਦੀਵੇ ਬਾਲੇ ਜਾਂਦੇ ਨੇ, ਖੁਰਲੀਆਂ ਤੇ ਦੀਵੇ ਬਾਲੇ ਜਾਂਦੇ ਨੇ। ਪਿੱਛੇ ਜੀ ਇੱਕ ਘਟਨਾ ਵਾਪਰੀ, ਦਾਸ ਨੇ ਆਪਣੇ ਅੱਖੀ ਵੇਖਿਆ ਸੀ ਸਾਧ ਸੰਗਤ ਜੀ ਉਹ ਕਿ ਹਵੇਲੀ ਨੂੰ ਅੱਗ ਲੱਗ ਗਈ ਤੇ ਕਿੰਨੇ ਸਾਰੇ ਡੰਗਰ ਜਿਹੜੇ ਸੀ ਨਾ ਵਿਚਾਰੇ ਤੜਪ ਤੜਪ ਕੇ ਵਿੱਚੇ ਮਰ ਗਏ। ਠੀਕ ਹੈ ਸਾਧ ਸੰਗਤ ਜੀ, ਜੇ ਦੀਪਮਾਲਾ ਕਰਨੀ ਹੈ ਤੇ ਉਹ ਕਿਸੇ ਜੁਗਤੀ ਦੇ ਮੁਤਾਬਕ ਹੋਣੀ ਚਾਹੀਦੀ ਹੈ, ਬਲਕਿ ਸਾਰਾ ਘਰ ਕੀ, ਸਾਰਾ ਵਿਹੜਾ ਕੀ, ਚੌਂਕਾ ਕੀ, ਤੇ ਸਾਧ ਸੰਗਤ ਜੀ ਜਿਹੜੇ ਹਵੇਲੀਆਂ ਹਨ ਪਸ਼ੂਆਂ ਦੀਆਂ, ਡੰਗਰਾਂ ਦੀਆਂ, ਉੱਥੇ ਵੀ ਦੀਵੇ, ਦੀਵਾਲੀ ਦੀ ਰਾਤ ਦੀਵੇ ਬਾਲੀ। ਆਓ ਇਸ ਸ਼ਬਦ ਨੂੰ ਆਪਾਂ ਸਮਝੀਏ ਵੀ ਇਹਦੇ ਵਿੱਚ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ ਵੀ ਇਹਨੂੰ ਮੰਨਣਾ ਵੀ ਤੁਸੀਂ ਦੀਵੇ ਬਾਲਣੇ ਨੇ ਕਿ ਦੀਵੇ ਨਹੀਂ ਬਾਲਣੇ। ਭਾਈ ਗੁਰਦਾਸ ਜੀ ਦਾ ਰਚਨਾ ਕਰਨ ਦਾ ਇੱਕ ਢੰਗ ਹੈ, ਉਹ ਜਦੋਂ ਵੀ ਕੋਈ ਗੱਲ ਕਹਿੰਦੇ ਨੇ ਨਾ ਸਾਧ ਸੰਗਤ ਜੀ, ਪਹਿਲਾਂ ਉੱਤੇ ਚਾਰ ਇਗਜ਼ੈਂਪਲ ਦਿੰਦੇ ਨੇ, ਮਿਸਾਲਾਂ ਦਿੰਦੇ ਨੇ, ਤੇ ਸਭ ਤੋਂ ਜਿਹੜੀ ਅਖੀਰਲੀ ਪੰਕਤੀ ਹੁੰਦੀ ਹੈ ਨਾ ਉਹਦੇ ਵਿੱਚੋਂ ਤੱਤ ਕੱਢਦੇ ਆ। ਤੇ ਉਹਨਾਂ ਨੇ ਬਚਨ ਕੀਤਾ ਪਹਿਲੇ ਨੰਬਰ ਦੇ ਉੱਤੇ, ਕਹਿੰਦੇ ਨੇ ਕਿ ਆ ਭਾਈ ਤੁਹਾਨੂੰ ਦੱਸੀਏ ਵੀ ਜਿਸ ਤਰੀਕੇ ਦੇ ਨਾਲ ਦੀਵਾਲੀ ਦੀ ਰਾਤ ਆਉਂਦੀ ਆ ਤੇ ਆਹ ਜਿਹੜੇ ਲੋਕੀ ਆ ਨਾ ਦੀਵੇ ਬਾਲਦੇ ਹੁੰਦੇ ਆ, ਉਦੋਂ ਵੀ ਬਾਲਦੇ ਸੀ ਦੀਵੇ ਬਾਲਦੇ ਨੇ, ਪਰ ਸਾਧ ਸੰਗਤ ਕੀ ਹੁੰਦਾ ਵੀ ਥੋੜੇ ਸਮੇਂ ਦੇ ਬਾਅਦ ਤੁਸੀਂ ਜਾ ਕੇ ਵੇਖੋ ਉਹ ਦੀਵੇ ਜਿਹੜੇ ਨੇ ਬੁੱਝ ਜਾਂਦੇ ਨੇ। ਇਹਦੇ ਵਿੱਚ ਤਾਂ ਗੱਲ ਕੀਤੀ ਟੰਪਰੇਰੀ ਸੁਖੀ ਦੀ, ਟੰਪਰੇਰੇ ਸੁੱਖ ਦੀ, ਟੰਪਰੇਰੀ ਆਨੰਦ ਦੀ, ਵੀ ਇਹ ਖੁਸ਼ੀ ਥੋੜੇ ਸਮੇਂ ਵਾਸਤੇ, ਆਨੰਦ ਥੋੜੇ ਸਮੇਂ ਵਾਸਤੇ, ਕੋਈ ਬਹੁਤੇ ਜ਼ਿਆਦਾ ਸਮੇਂ ਵਾਸਤੇ ਨਹੀਂ, ਵੀ ਥੋੜਾ ਸਮਾਂ ਤੁਸੀਂ ਦੀਵੇ ਬਾਲੇ ਆ, ਜਦੋਂ ਜਾ ਕੇ ਵੇਖੋ ਦੀਵੇ ਬੁੱਝ ਜਾਣੇ ਨੇ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਕਹਿੰਦੇ ਇਸੇ ਤਰ੍ਹਾਂ ਸੱਜਣਾ ਆ ਰਾਤ ਨੂੰ ਬੰਦਾ ਸੌਣ ਲੱਗਾ, ਵੇਖਦਾ ਆਪਣੇ ਬੱਚਿਆਂ ਨਾਲ ਖੇਡਦਾ ਵੀ ਉਹ ਵੇਖ ਉੱਤੇ ਅਸਮਾਨ ਦੇ ਉੱਤੇ ਤਾਰੇ ਚੜੇ ਹੋਏ ਨੇ। ਉਹ ਸਾਧ ਸੰਗਤ ਜੀ ਤਾਰੇ ਕਿੰਨੇ ਕੁ ਸਮੇਂ ਵਾਸਤੇ ਨੇ, ਥੋੜੇ ਸਮੇਂ ਦੇ ਵਾਸਤੇ ਨੇ, ਉਹਨਾਂ ਦਾ ਆਨੰਦ, ਉਹਨਾਂ ਦੀ ਜ਼ਿੰਦਗੀ ਵੀ ਥੋੜੇ ਸਮੇਂ ਵਾਸਤੇ, ਦਿਨ ਚੜ੍ਹ ਜਾਂਦਾ ਨਾ ਤੇ ਉਦੋਂ ਉਹ ਵੀ ਅਲੋਪ ਹੋ ਜਾਂਦੇ ਨੇ। ਤਾਰੇ ਜਾਤ ਸੁਨਾਤ ਅੰਬਰ ਭਾਲੀਅਨ, ਟੰਪਰੇਰੀ ਖੁਸ਼ੀ ਹੈ ਉਹ ਵੀ ਟੰਪਰੇਰੀ ਆਨੰਦ ਹੈ, ਉਹ ਸਦਾ ਰਹਿਣ ਵਾਲੇ ਨੇ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੇ ਫਿਰ ਕਹਿੰਦੇ ਨੇ ਕਦੋਂ ਬਾਗ ਵਿੱਚ ਜਾਈਦਾ ਨਾ ਤੇ ਬਾਗ ਵਿੱਚ ਜਾ ਕੇ ਕੀ ਵੇਖੀਦਾ ਵੀ ਫੁੱਲ ਬੜੇ ਸੋਹਣੇ ਖਿੜੇ ਹੋਏ ਨੇ, ਬੜਾ ਮਨ ਖੁਸ਼ ਹੁੰਦਾ, ਪਰ ਵੇਖਦਿਆਂ ਵੇਖਦਿਆਂ ਸਾਧ ਸੰਗਤ ਫੁੱਲ ਮੁਰਝਾ ਜਾਂਦਾ, ਟਾਹਣੀ ਨਾਲ ਟੁੱਟ ਜਾਂਦਾ। ਜਿਹੜਾ ਖੁਸ਼ਬੂ ਦੇ ਰਿਹਾ ਸੀ, ਸੁਗੰਧੀ ਦੇ ਰਿਹਾ ਸੀ ਨਾ, ਤੇ ਉਹਦੀ ਖੁਸ਼ਬੂ ਤੇ ਸੁਗੰਧੀ ਜਿਹੜੀ ਸਾਰੀ ਦੀ ਸਾਰੀ ਮੁਰਝਾ ਜਾਂਦੀ ਹੈ, ਉਸਦੇ ਮੁਰਝਾਉਣ ਦੇ ਨਾਲ ਸਾਰਾ ਕੁਝ ਚਲਾ ਜਾਂਦਾ। ਕੇਵਲ ਟੰਪਰੇਰੀ ਖੁਸ਼ੀ, ਟੰਪਰੇਰੀ ਮਹਿਕ ਥੋੜੇ ਸਮੇਂ ਦੇ ਵਾਸਤੇ। ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਸਾਧ ਸੰਗਤ ਜੀ ਅੱਖਾਂ ਨਾਲ ਵੇਖੀਦਾ ਵੀ ਆ ਤੀਰਥਾਂ ਦੇ ਉੱਤੇ ਬੜੇ ਯਾਤਰੀ ਜਾਂਦੇ ਨੇ, ਪੂਰਾਂ ਦੇ ਪੂਰ, ਟੋਲਿਆਂ ਦੇ ਟੋਲੇ ਜਾਂਦੇ ਨੇ, ਪਰ ਥੋੜੇ ਸਮੇਂ ਤੋਂ ਬਾਅਦ ਉਹ ਤੀਰਥ ਸਾਰਾ ਖਾਲੀ ਹੋ ਜਾਂਦਾ, ਕਿਉਂਕਿ ਦਿਹਾੜਾ ਮਿਥਿਆ ਹੁੰਦਾ ਨਾ, ਜਿਸ ਦਿਹਾੜੇ ਦੇ ਮੁਤਾਬਕ ਉਸ ਦਿਨ ਨੂੰ ਜਾਂਦੇ ਨੇ ਤੇ ਦੋ ਦਿਨਾਂ ਤੋਂ ਬਾਅਦ ਸਾਰੇ ਵਾਪਸ ਆ ਜਾਂਦੇ ਨੇ, ਤੀਰਥ ਖਾਲੀ ਹੋ ਜਾਂਦਾ। ਹੁਣ ਭਾਈ ਗੁਰਦਾਸ ਤਾਂ ਇੱਕ ਹਿੰਟ ਦੇ ਰਹੇ ਨੇ ਵੀ ਇਹ ਟੰਪਰੇਰੀ ਖੁਸ਼ੀ ਹੈ, ਟੰਪਰੇਰੀ ਆਨੰਦ ਹੈ। ਅੱਗੇ ਇੱਕ ਹੋਰ ਬੜੀ ਪਿਆਰੀ ਮਿਸਾਲ ਦਿੱਤੀ, ਹਰ ਚੰਦੌਰੀ ਚਾਤ ਵਸਾਏ ਉਚਾਲੀਅਨ, ਆ ਹਰ ਚੰਦੌਰੀ ਮੰਨੀ ਗਈ ਇੱਕ ਰਾਜਾ ਹਰੀਸ਼ਚੰਦਰ ਦੀ, ਕਹਿੰਦੇ ਸਵਰਗ ਤੋਂ ਇਹ ਹੇਠਾਂ ਹੈ, ਸਵਰਗ ਤੋਂ ਉੱਤੇ ਹੈ, ਸਵਰਗ ਤੋਂ ਥੱਲੇ ਹੈ ਕਹਿੰਦੇ ਨੇ। ਸਾਧ ਸੰਗਤ ਜੀ ਕਹਿੰਦੇ ਦੋ ਪਲੇਟੂ ਆਪਸ ਵਿੱਚ ਰਲਦੇ ਨੇ ਤੇ ਉੱਥੇ ਕੁਝ ਇਸ ਤਰ੍ਹਾਂ ਦੀ ਪੈਦਾ ਹੋ ਜਾਂਦੀ ਹੈ, ਬਣਤਰ ਬਣ ਜਾਂਦੀ ਹੈ ਵੀ ਇੰਜ ਜਾਪਦਾ, ਕਹਿੰਦੇ ਵੀ ਉੱਥੇ ਘੋੜੇ ਭੱਜੇ ਫਿਰਦੇ ਨੇ, ਉੱਥੇ ਬੜਾ ਕੁਝ ਹੋ ਰਿਹਾ। ਉਹਨਾਂ ਲੋਕਾਂ ਦੇ ਮੁਤਾਬਕ ਉਹ ਸਵਰਗ ਉੱਥੇ ਮੰਨਦੇ ਨੇ, ਹਰ ਚੰਦੌਰੀ ਦਾ ਇੱਕ ਨਜ਼ਾਰਾ, ਕਹਿੰਦੇ ਵੀ ਉਹ ਕਦੇ ਕਦੇ ਵੇਖਦਾ, ਉਹ ਸਦਾ ਨਹੀਂ ਵੇਖਦਾ, ਉਹ ਥੋੜੇ ਸਮੇਂ ਵਾਸਤੇ ਹੈ। ਗੁਰਮਤ ਦੇ ਮੁਤਾਬਕ ਤੇ ਸਾਧ ਸੰਗਤ ਜੀ ਜਿਹੜਾ ਸਵਰਗ ਆ ਉਹ ਕਿਤੇ ਉੱਤੇ ਨਹੀਂ ਹੈਗਾ, ਗੁਰਮਤ ਦੇ ਮੁਤਾਬਕ ਸਵਰਗ ਕਿੱਥੇ ਆ, ਭਾਗਾਂ ਵਾਲੇ ਉਹ ਸਤਿਗੁਰੂ ਕੋਲ ਪੁੱਛ ਲਈਆ, ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਸਵਰਗ ਇੱਥੇ ਇਹ ਹੈ ਸਭ ਤੋਂ ਵੱਡਾ। ਤਹਾਂ ਬੈਕੁੰਠ ਜਹਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ, ਨਾਲੇ ਜਿਹੜੀ ਗੁਰਮਤ ਆ ਉਹ ਅੱਗੇ ਦੇ ਸਵਰਗ ਨੂੰ ਨਹੀਂ ਮੰਨਦੀ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਰੱਦ ਕਰ ਦਿੱਤੇ ਰੱਬ ਦੇ ਪਿਆਰਿਆਂ, ਹਮਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਸਾਧ ਸੰਗਤ ਜੀਓ, ਸਰ ਇਕਬਾਲ ਹੋਇਆ ਇੱਕ ਬੜਾ ਵੱਡਾ ਵਿਦਵਾਨ,
ਉਹ ਬਚਨ ਕਹਿੰਦਾ, ਕਹਿੰਦਾ ਬਾਗੇ ਫਿਰਦੋਸ ਮੰਜ਼ਿਲ ਹੈ ਥੱਕੇ ਹਾਰੋਂ ਕੀ। ਆ ਜਿਹੜੇ ਕਹਿੰਦੇ ਨੇ ਨਾ ਜੀ ਸਵਰਗ ਆ, ਅੱਗੇ ਸਵਰਗ ਆ, ਕਹਿੰਦੇ ਵੀ ਇਹ ਤੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਜ਼ਿੰਦਗੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ ਕੋਈ ਥੋੜਾ ਕਰਮ ਕਰਕੇ ਚੰਗਾ ਤੇ ਥੱਕ ਗਏ। ਬਾਗੇ ਫਿਰਦੋਸ ਮੰਜ਼ਿਲ ਹੈ ਥੱਕੇ ਹਾਰੋਂ ਕੀ, ਠਹਿਰ ਜਾਏ ਠਹਿਰਨੇ ਵਾਲੇ ਹਮ ਤੋਂ ਆਗੇ ਚਲਤੇ ਹੈ। ਚੜ੍ਹਦੀ ਕਲਾ ਵਾਲਾ ਗੁਰੂ ਦਾ ਸਿੱਖ ਉਹ ਕਦੇ ਪਿੱਛੇ ਨੂੰ ਨੀ ਜੀ ਪਰਦਾ, ਉਹ ਅੱਗੇ ਨੂੰ ਜਾਂਦਾ। ਸਾਧ ਸੰਗਤ ਅਗਾਹਾਂ ਕੁਤਰਾਂਗ ਪਿਛਾਹਾਂ ਫੇਰਨਾ ਮੋਹੜਾ, ਸਿੱਜ ਇਵੇਹਾ ਵਾਰ ਬਹੁੜਨਾ ਹੋਵੀ ਜਨਮੜਾ। ਤੋ ਖੈਰ ਉਹਨਾਂ ਦੇ ਮੁਤਾਬਕ ਥੋੜੇ ਸਮੇਂ ਦਾ ਨਜ਼ਾਰਾ। ਹੁਣ ਵੇਖੋ ਅਖੀਰ ਤੇ ਗੱਲ ਸਪਸ਼ਟ ਕੀਤੀ ਭਾਈ ਸਾਹਿਬ ਨੇ, ਕੀ ਕਹਿੰਦੇ ਨੇ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਭਾਗਾਂ ਵਾਲਿਓ। ਕਹਿਣ ਲੱਗੇ ਆਓ ਤੁਹਾਨੂੰ ਦੱਸਾਂ ਸਦੀਵੀ ਆਨੰਦ ਕਿੱਥੋਂ ਮਿਲੇ, ਸਦੀਵੀ ਖੇੜਾ ਕਿੱਥੋਂ ਮਿਲੇ। ਉਹ ਮਿਲਣਾ ਗੁਰੂ ਦੇ ਸ਼ਬਦ ਵਿੱਚੋਂ। ਜਿਹੜਾ ਸਦੀਵੀ ਸੁੱਖ ਅਵਿਨਾਸ਼ੀ ਸੁੱਖ ਸਦਾ ਕਾਇਮ ਰਹਿਣ ਵਾਲਾ ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਆਂ। ਸੱਜਣਾ ਸ਼ਬਦ ਦੀ ਸੰਭਾਲ ਕਰ, ਤੂੰ ਸ਼ਬਦ ਦੇ ਨਾਲ ਜੁੜ, ਪਰ ਤੂੰ ਤੇ ਜੁੜ ਗਿਆ ਦੀਵਿਆਂ ਦੇ ਨਾਲ, ਤੂੰ ਤਾਂ ਜੁੜ ਗਿਆ ਅੱਗ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਤੈਨੂੰ ਮੈਂ ਦੱਸਾਂ, ਜੇ ਤੂੰ ਦੀਵਾ ਬਾਲਣਾ ਤੇ ਦੀਵਾ ਆ ਬਾਲ। ਕਿਹੜਾ ਦੀਵਾ? ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇ। ਆ ਨਾਮ ਦਾ ਦੀਵਾ ਬਾਲ, ਸਿਧਾਂਤ ਦਾ ਦੀਵਾ ਬਾਲ, ਹੁਕਮ ਦਾ ਦੀਵਾ ਬਾਲ। ਹੁਕਮ ਵਿੱਚ ਆ ਵਾਹਿਗੁਰੂ ਕਾਲ ਪੁਰਖ ਵਾਹਿਗੁਰੂ ਦੇ ਉਸ ਪਰਮਾਤਮਾ ਦੇ ਉਪਦੇਸ਼ ਨੂੰ ਧਾਰਨ ਕਰ ਜਿਹੜਾ ਸ਼ਬਦ ਗੁਰੂ ਦੇ ਵਿੱਚ ਵਿਰਾਜਮਾਨ ਹੈ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ। ਤੇ ਜਦੋਂ ਫਿਰ ਅੰਦਰ ਗਿਆਨ ਪੈਦਾ ਹੋਇਆ ਨਾ ਸਾਧ ਸੰਗਤ ਜੀ ਉਸ ਦੀਵੇ ਦਾ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਸਾਡੇ ਅੰਦਰ ਚਾਨਣਾ ਪੈਦਾ ਕਰਦੀ, ਪ੍ਰਕਾਸ਼ ਪੈਦਾ ਕਰਦੀ, ਤੇ ਅੰਦਰ ਫਿਰ ਅਵਗੁਣ ਨਜ਼ਰ ਆਉਂਦੇ ਨੇ, ਬੁਰਿਆਈਆਂ ਨਜ਼ਰ ਆਉਂਦੀਆਂ ਨੇ ਬੰਦੇ ਨੂੰ। ਘਰ ਦੇ ਵਿੱਚ ਹਨੇਰਾ ਹੋਵੇ ਤੇ ਬੰਦਾ ਸਭ ਤੋਂ ਪਹਿਲਾਂ ਚਾਨਣੇ ਦਾ ਪ੍ਰਬੰਧ ਕਰਦਾ ਕਿ ਚਾਨਣਾ ਕਰਾਂ, ਘਰ ਦੇ ਵਿੱਚੋਂ ਗੰਦਗੀ ਮੈਂ ਬਾਹਰ ਕੱਢਾਂ। ਮਹਾਰਾਜ ਕਹਿੰਦੇ ਸੱਜਣਾ ਆ ਸ਼ਬਦ ਨੂੰ ਪੜ੍ਹ, ਸ਼ਬਦ ਨਾਲ ਜਾਣ ਪਛਾਣ ਕਰ, ਪਰਚਾ ਸ਼ਬਦ ਕਾ ਪਰਿਚੈ ਕਰ, ਸ਼ਬਦ ਦੇ ਨਾਲ ਸ਼ਬਦ ਕੀ ਕਹਿ ਰਿਹਾ ਤੇ ਤੂੰ ਕੀ ਕਰ ਰਿਹਾ। ਜੋ ਸ਼ਬਦ ਦਾ ਉਪਦੇਸ਼ ਹੈ ਉਹ ਤੋਂ ਤੂੰ ਪਾਸੇ ਜਾ ਰਿਹਾ, ਉਹਦੇ ਤੋਂ ਤੂੰ ਦੂਰ ਜਾ ਰਿਹਾ। ਤੋ ਸਤਿਗੁਰੂ ਕਹਿੰਦੇ ਜਦੋਂ ਅੰਦਰ ਗੁਰਬਾਣੀ ਦਾ ਚਾਨਣਾ ਹੋਇਆ, ਗੁਰਬਾਣੀ ਨੂੰ ਪੜ੍ਹਿਆ, ਵਿਚਾਰ ਕੀਤੀ, ਸਹਿਜ ਪਾਠ ਕੀਤਾ, ਇੱਕ ਇੱਕ ਸ਼ਬਦ ਨੂੰ ਪੜ੍ਹ ਕੇ ਫਿਰ ਪਤਾ ਲੱਗਾ ਮੇਰੇ ਅੰਦਰ ਇੰਨੀਆਂ ਬੁਰਿਆਈਆਂ, ਮੈਂ ਤੇ ਇਹ ਬਾਹਰ ਕੱਢਣੀਆਂ ਸੀ ਤੇ ਮੈਂ ਕਿਹੜੇ ਪਾਸੇ ਤੁਰ ਗਿਆ। ਸਾਧ ਸੰਗਤ ਮੈਂ ਤੇ ਕੇਵਲ ਅਖੌਤੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਤੇ ਜੀਵਨ ਸਵਾਰਨ ਦੀ ਗੱਲ ਹੈ। ਜਿਹੜਾ ਅੰਦਰ ਚਾਨਣ ਹੋਇਆ, ਉਨ ਚਾਨਣ ਉਹ ਸੁਖਿਆ, ਚੁੱਕਾ ਜਮ ਸਿਓ ਮੇਲ। ਤੇ ਲੋਕੀ ਸਾਧ ਸੰਗਤ ਜੀ ਆ ਜਮਾਂ ਤੋਂ ਬੜਾ ਡਰਦੇ ਨੇ, ਮੌਤ ਤੋਂ। ਤੇ ਗੁਰੂ ਦਾ ਸਿੱਖ ਸਾਧ ਸੰਗਤ ਜੀ ਕਹਿੰਦਾ ਵੀ ਅਸੀਂ ਉਹ ਰਾਹ ਹੀ ਮੁਕਾ ਦਿੱਤਾ ਜਮਾਂ ਜੁਮਾਂ ਵਾਲਾ ਸਾਰਾ, ਅਸੀਂ ਉਸ ਰਸਤੇ ਤੇ ਜਾਣਾ ਨਹੀਂ। ਜੇ ਪਿੰਡ ਹੈ ਲੁੱਟੀ ਪਨਿਹਾਰੀ, ਸੋ ਮਾਰਗ ਸੰਤਨ ਦੁਰਾਰੀ। ਰੱਬ ਦੇ ਪਿਆਰੇ ਨਹੀਂ ਜਾਂਦੇ ਆ ਜਮਾਂ ਜੁਮਾਂ ਵਾਲੇ ਰਾਹ ਦੇ ਉੱਤੇ ਸਾਧ ਸੰਗਤ ਜੀਓ। ਆ ਜਮ ਤਾਂ ਕਿਹੜੇ ਨੇ? ਪੰਜ ਵਕਾਰ ਨੇ ਜਮ। ਸਾਧ ਸੰਗਤ ਇਹਨਾਂ ਤੋਂ ਛਡਾਉਂਦਾ ਸਾਡਾ ਸਤਿਗੁਰੂ ਜਿਉਂਦਿਆਂ ਨੂੰ। ਉਨ ਚਾਨਣ ਉਹ ਸੁਖਿਆ, ਚੁੱਕਾ ਜਮ ਸਿਓ ਮੇਲ, ਲੋਕਾ ਮਤ ਕੋ ਫੱਕੜ ਪਾਏ। ਇਹ ਫੱਕੜ ਦਾ ਮਤਲਬ ਕੀ ਹੁੰਦਾ? ਗੁਰੂ ਨਾਨਕ ਪਿਤਾ ਜੀ ਮਹਾਰਾਜ ਕਹਿੰਦੇ ਮੇਰੀ ਗੱਲ ਨੂੰ ਮਜ਼ਾਕ ਵਿੱਚ ਨਾ ਲਿਓ, ਕਿਉਂਕਿ ਅਸੀਂ ਹਰ ਇੱਕ ਗੱਲ ਨੂੰ ਮਜ਼ਾਕ ਵਿੱਚ ਲੈ ਲੈਂਦੇ, ਜ਼ਿੰਦਗੀ ਬਰਬਾਦ ਹੋ ਜਾਏਗੀ। ਕੀਰਤਨ ਦੇ ਨਾਲ ਜੁੜ ਜਾਵਾਂਗੇ, ਅਸਲੀ ਮਕਸਦ ਤੋਂ ਖੁੰਝ ਜਾਵਾਂਗੇ। ਸਾਧ ਸੰਗਤ ਜੀ ਮਨੁੱਖੀ ਜਾਮਾ ਅਜਾਈ ਬਰਬਾਦ ਹੋ ਜਾਏਗਾ, ਮੇਰੀ ਗੱਲ ਨੂੰ ਮਜ਼ਾਕ ਵਿੱਚ ਨਾ ਲਿਓ। ਬਾਬਾ ਨਾਨਕ ਜੀ ਕਹਿ ਰਹੇ ਨੇ ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਠੇ ਇਕ ਰਤੀਲੇ ਪਾਹ। ਕਹਿੰਦੇ ਸਾਧ ਸੰਗਤ ਜੀ ਲੱਖਾਂ ਮਨ ਬਾਲਣ ਇਕੱਠਾ ਹੋਇਆ ਹੋਵੇ ਨਾ, ਇੱਕ ਅੱਗ ਦੀ ਚਿੰਗਾਰੀ ਦਿਖਾ ਦਈਏ, ਸਾਰਾ ਜਲ ਕੇ ਸੜ ਕੇ ਤਬਾਹ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਸ਼ਬਦ ਦਾ ਦੀਵਾ ਬਾਲ। ਸੱਜਣਾ ਤੇਰੀ ਮਨਮਤ, ਤੇਰੀ ਅਗਿਆਨਤਾ, ਤੇਰੇ ਵਹਿਮ ਪਰਮ ਸਾਰੇ ਦੇ ਸਾਰੇ ਜਿਹੜੇ ਨੇ ਨਾ ਉਹ ਸੜ ਕੇ ਸਵਾਹ ਹੋ ਜਾਣਗੇ। ਦੀਵਾ ਤਾਂ ਆ ਬਾਲਣਾ ਸੀ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਮੇਰੇ ਸਤਿਗੁਰ ਨੇ ਬਾਣੀ ਵਿੱਚ ਬਚਨ ਕੀਤੇ, ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਉਹ ਭਾਗਾਂ ਵਾਲਿਓ ਵੇਖੋ ਸਤਿਗੁਰ ਦੀ ਬਾਣੀ ਕਹਿੰਦੀ, ਪੋਥੀ ਪੁਰਾਣ ਕਮਾਈ ਹੈ, ਧਾਰਮਿਕ ਪੁਸਤਕਾਂ ਦੀ ਸਮਝ ਦੇ ਮੁਤਾਬਕ ਜੀਵਨ ਬਤੀਤ ਕਰ, ਇਹ ਹੈ ਤੇਲ। ਜੋ ਪੋਥੀ ਕਹਿ ਰਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਇਹਨੂੰ ਪਹਿਲਾਂ ਸਮਝ, ਇਹ ਹੈ ਤੇਲ। ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ। ਮੇਰੇ ਸਤਿਗੁਰ ਦੇ ਡਰ ਅਦਬ ਮਰਿਆਦਾ ਦੇ ਵਿੱਚ ਆ ਜਾ। ਇਹ ਡਰ ਅਦਬ ਕਿਹੜਾ? ਮੈਂ ਮਨਮਤ ਨਾ ਕਰ ਲਵਾਂ ਕੋਈ, ਮੈਂ ਕਰਮ ਕਾਂਡ ਨਾ ਕਰ ਲਵਾਂ ਕੋਈ, ਇਹ ਹੈ ਡਰ ਅਦਬ। ਤੇ ਸਾਧ ਸੰਗਤ ਇਹ ਵੱਟੀ ਪਾ, ਇਹ ਭਉ ਦੀ ਵੱਟੀ ਪਾ, ਡਰ ਦੇ ਵਿੱਚ ਰਹਿ, ਸਾਡਾ ਭਲਾ ਹੋਵੇਗਾ।
ਪਉ ਵੱਟੀ ਇਤ ਤਨ ਪਾਈ ਹੈ ਆ ਸਰੀਰ ਰੂਪੀ ਦੀਵੇ ਦੇ ਵਿੱਚ ਪਾ ਪਉ ਦੀ ਵੱਟੀ ਸਾਧ ਸੰਗਤ ਅੱਗੇ ਬਚਨ ਕੀਤੇ ਸੱਜ ਪੂਜਣ ਆਣ ਜਲਾਈਐ ਸੱਚ ਦੀ ਸਮਝ ਲੈ ਬੁੱਝਣ ਤੋਂ ਭਾਵ ਸਮਝਣਾ ਕਰ ਸੱਚ ਨੂੰ ਸੱਚ ਕੀ ਹੈ ਸੱਚ ਕੀ ਕਹਿ ਰਿਹਾ ਵੀ ਅਸੀਂ ਤੇ ਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਤੇ ਕਿੱਥੇ ਖੜ ਗਏ ਆਪਾਂ ਇਹਦੀ ਲਿਆਣ ਕੇ ਅੱਗ ਬਾਲ ਸੱਚ ਬੁੱਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਤੇ ਫਿਰ ਬਚਨ ਕੀਤੇ ਸਾਧ ਸੰਗਤ ਜੀ ਕਰ ਚਾਨਣ ਸਾਹਿਬ ਤੋ ਮਿਲੈ ਉਹ ਸੱਜਣਾ ਫਿਰ ਤੇਰੇ ਅੰਦਰ ਚਾਨਣ ਹੋਵੇਗਾ ਗੁਰਬਾਣੀ ਤੇਰੀ ਰਹਿਨੁਮਾਈ ਕਰੇਗੀ ਪ੍ਰਕਾਸ਼ ਅੱਗੇ ਹੁੰਦਾ ਨਾ ਜਿਵੇਂ ਬੰਦਾ ਪਿੱਛੇ ਹੁੰਦਾ ਹੈ ਗੁਰਬਾਣੀ ਅੱਗੇ ਹੋਵੇਗੀ ਅਸੀਂ ਪਿੱਛੇ ਹੋਵਾਂਗੇ ਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਕਿਹੜੇ ਕਰਮ ਅਸੀਂ ਕਰਨੇ ਨੇ ਤੇ ਕਿਹੜੇ ਕਰਮ ਨਹੀਂ ਕਰਨੇ ਜਿਹੜੇ ਗੁਰਮਤ ਤੋਂ ਵਿਵਰਜਿਤ ਹਨ ਤੋ ਸਿੱਖ ਅੱਗ ਦਾ ਪੁਜਾਰੀ ਨਹੀਂ ਦੂਜੇ ਨੰਬਰ ਤੇ ਮੈਂ ਬੇਨਤੀ ਕਰਾਂ ਸਾਧ ਸੰਗਤ ਜੀਓ ਉਹਨਾਂ ਲੋਕਾਂ ਦੇ ਮੁਤਾਬਕ ਅੱਜ ਦੇ ਦਿਨ ਲਕਸ਼ਮੀ ਪੂਜਨ ਕੀਤਾ ਜਾਂਦਾ ਹੈ ਲਕਸ਼ਮੀ ਕਿਹਨੂੰ ਕਿਹਾ ਜਾਂਦਾ ਜੀ ਮਾਇਆ ਨੂੰ ਤੇ ਮਾਇਆ ਪਤਨੀ ਮੰਨੀ ਗਈ ਹੈ ਵਿਸ਼ਨੂੰ ਦੀ ਵਿਸ਼ਨੂੰ ਦੇ ਪੁਜਾਰੀ ਮਾਇਆ ਦੇ ਪੁਜਾਰੀ ਲਕਸ਼ਮੀ ਦੇ ਪੁਜਾਰੀ ਤੇ ਸਿੱਖ ਤੇ ਮੈਂ ਪਹਿਲਾਂ ਹੀ ਅਰਜ਼ ਕਰ ਆਇਆ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦਾ ਪੂਜਾ ਅਕਾਲ ਕੀ ਹੋਰ ਤਾਂ ਕਿਸੇ ਨੂੰ ਮੰਨਦਾ ਕੋਈ ਨਹੀਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਭ ਤੋਂ ਵੱਧ ਲਕਸ਼ਮੀ ਪੂਜਨ ਕੀਤਾ ਜਾਂਦਾ ਹੈ ਮਾਇਆ ਦੀ ਪੂਜਾ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਪਰ ਜਿੰਨੀ ਭੁੱਖ ਤੇ ਕੰਗਾਲੀ ਹਿੰਦੁਸਤਾਨ ਦੀ ਧਰਤੀ ਤੇ ਹੈ ਮੈਂ ਬੇਨਤੀ ਕਰਾਂ ਉਨੀ ਹੋਰ ਕਿਸੇ ਕੰਟਰੀ ਵਿੱਚ ਨਹੀਂ ਇਹ ਲੋਕ ਕੀ ਕਰਦੇ ਨੇ ਇਸ ਦਿਨ ਨੂੰ ਰਾਤ ਨੂੰ ਨਾ ਸਾਧ ਸੰਗਤ ਜੀਓ ਦਰਵਾਜ਼ੇ ਖੁੱਲ੍ਹੇ ਰੱਖਦੇ ਨੇ ਕਹਿੰਦੇ ਲਕਸ਼ਮੀ ਸਾਡੇ ਘਰ ਦੇ ਵਿੱਚ ਆਏਗੀ ਸਾਧ ਸੰਗਤ ਕਿਤੇ ਗਵਾਂਢੀ ਦੇ ਘਰ ਵਿੱਚ ਨਾ ਚਲੇ ਜਾਏ ਵੇਖੋ ਕਿਹੋ ਜਿਹਾ ਕਰਮ ਕਾਂਡ ਇੱਕ ਵੀ ਬੰਦੇ ਨੂੰ ਕੁੱਝ ਨਾ ਕਰਨਾ ਪਏ ਪਹਿਲਾਂ ਤੇ ਕਹਿੰਦਾ ਜੀ ਇੱਦਾਂ ਹੀ ਮੈਨੂੰ ਸਾਰਾ ਕੁੱਝ ਮਿਲ ਜਾਏ ਮੈਂ ਇੱਕੋ ਰਾਤ ਵਿੱਚ ਅਮੀਰ ਹੋ ਜਾਵਾਂ ਸੁਪਨੇ ਲੈਂਦਾ ਮਨੁੱਖ ਅਮੀਰ ਬਣਨ ਦੇ ਮੈਨੂੰ ਕੁੱਝ ਨਾ ਕਰਨਾ ਪਵੇ ਤੇ ਮੈਂ ਐਸੋ ਇਸਰਤ ਤੇ ਵੀ ਵਿਚਾਰ ਭੋਗਾਂ ਉਹ ਭਾਗਾਂ ਵਾਲਿਓ ਗੁਰਸਿੱਖ ਜਿਤਨਾ ਸਵਾਸ ਮਾਲਕ ਨੇ ਉਹਦੀ ਜ਼ਿੰਦਗੀ ਵਿੱਚ ਪਾਏ ਨੇ ਨਾ ਉਹ ਆਪਣੇ ਲਈ ਘੱਟ ਜਿਉਂਦਾ ਦੂਜੇ ਲਈ ਜ਼ਿਆਦਾ ਜਿਉਂਦਾ ਉਹ ਪੰਥ ਲਈ ਜਿਉਂਦਾ ਉਹ ਕੌਮ ਲਈ ਜਿਉਂਦਾ ਉਹ ਵਿਹਲਾ ਨਹੀਂ ਰਹਿੰਦਾ ਮੈਂ ਹਵਾ ਵਾਲਾ ਗੁਣ ਤੁਹਾਡੇ ਨਾਲ ਸਾਂਝਾ ਕਰਾਇਆ ਕੁੱਝ ਨਾ ਕੁੱਝ ਕਰਦਾ ਰਹਿੰਦਾ ਸਾਧ ਸੰਗਤ ਜੀਓ ਤੇ ਭਾਗਾਂ ਵਾਲਿਓ ਮਨੁੱਖ ਦੀ ਸੋਚ ਇੰਨੀ ਗਲਤ ਮੈਂ ਇੱਕੋ ਰਾਤ ਨੂੰ ਅਮੀਰ ਹੋ ਜਾਂ ਮੇਰੇ ਘਰ ਵਿੱਚ ਲਕਸ਼ਮੀ ਏਦਾਂ ਹੀ ਆ ਜਾਏ ਤੇ ਸਾਧ ਸੰਗਤ ਜੀਓ ਤੁਸੀਂ ਵੇਖਿਓ ਆ ਕਈ ਗਰੀਬਾਂ ਦੇ ਘਰਾਂ ਨੂੰ ਵਿਚਾਰਿਆਂ ਦੇ ਦਰਵਾਜ਼ੇ ਹੀ ਕੋਈ ਨਹੀਂ ਇੱਕ ਦਿਨ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਨਾਲ ਜੇ ਲਕਸ਼ਮੀ ਘਰ ਵਿੱਚ ਆਉਂਦੀ ਹੁੰਦੀ ਨਾ ਤਾਂ ਸਾਧ ਸੰਗਤ ਜੀ ਉਹ ਕਿੰਨੇ ਸਾਲ ਹੋ ਗਏ ਕਈਆਂ ਦੇ ਘਰਾਂ ਨੂੰ ਦਰਵਾਜ਼ੇ ਨਹੀਂ ਪਰ ਉਹ ਵਿਚਾਰੇ ਭੁੱਖ ਤੇ ਦੁੱਖ ਦੇ ਨਾਲ ਅੱਤ ਦੇ ਲਾਚਾਰ ਹੋਏ ਹੋਏ ਹਨ ਉਹਨਾਂ ਦੇ ਘਰਾਂ ਨੂੰ ਕੋਈ ਦਰਵਾਜ਼ੇ ਨਹੀਂ ਜੇ ਲੱਗੇ ਹੋਏ ਉਹਨਾਂ ਦੇ ਸਾਧ ਸੰਗਤ ਜੀ ਉਹ ਨੰਗੇ ਹਨ ਆਪਣੇ ਤਨ ਦੇ ਉੱਤੋਂ ਤਨ ਕਜਣ ਲਈ ਕੱਪੜਾ ਕੋਈ ਨਹੀਂ ਤੇ ਦੋ ਵਕਤ ਦੀ ਰੋਟੀ ਦਾ ਉਹਨਾਂ ਨੂੰ ਕਿਧਰੇ ਰੋਜ਼ਗਾਰ ਵੀ ਨਹੀਂ ਜੇ ਮਿਲਦਾ ਪਿਆ ਤੋ ਸਾਧ ਸੰਗਤ ਜੀ ਉਹ ਇਸ ਦਿਨ ਇਹ ਲੋਕ ਹੋਰ ਕੀ ਕਰਦੇ ਨੇ ਜੂਆ ਖੇਡਦੇ ਨੇ ਤੇ ਮੈਂ ਬੇਨਤੀ ਕਰਾਂ ਉਹਨਾਂ ਦੀ ਰੀਸ ਦੇ ਉੱਤੇ ਅੱਜ ਸਿੱਖ ਧਰਮ ਦੇ ਅੰਦਰ ਪੰਜਾਬ ਦੀ ਧਰਤੀ ਤੇ ਤੁਸੀਂ ਵੇਖੋ ਜੂਆ ਘਰ ਖੋਲ੍ਹੇ ਜਾ ਰਹੇ ਨੇ ਜੇ ਸਾਡੇ ਅੰਦਰ ਜਾਗਰਤੀ ਨਹੀਂ ਨਾ ਆਵੇਗੀ ਤਾਂ ਸਾਧ ਸੰਗਤ ਜੀ ਉਹ ਆਪਣੇ ਪੰਥ ਦੀ ਸੰਭਾਲ ਕੌਣ ਕਰੇਗਾ ਸਾਡੇ ਆਉਣ ਵਾਲੀ ਅਜੋਕੀ ਪੀੜ੍ਹੀ ਬੱਚਿਆਂ ਤੇ ਨੌਜਵਾਨਾਂ ਦੇ ਉੱਤੇ ਫਿਰ ਕੀ ਅਸਰ ਪਵੇਗਾ ਇਹਦਾ ਜੂਆ ਖੇਡਿਆ ਜਾਂਦਾ ਤੁਸੀਂ ਵੇਖੋ ਜੂਆ ਖੇਡਦਾ ਸ਼ਿਵ ਪੁਰਾਣ ਦੇ ਵਿੱਚ ਇਹ ਦਿਖਾਇਆ ਗਿਆ ਵੀ ਸ਼ਿਵਜੀ ਤੇ ਪਾਰਵਤੀ ਵੀ ਜੂਆ ਖੇਡਦੇ ਹਨ ਰਾਮ ਅਤੇ ਸੀਤਾ ਵੀ ਜੂਆ ਖੇਡਦੇ ਹਨ ਮੈਂ ਟੀਕਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਸਾਧ ਸੰਗਤ ਜੀ ਉਹਨਾਂ ਦੇ ਧਾਰਮਿਕ ਗ੍ਰੰਥ ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ ਜੂਆ ਖੇਡੋ ਤੇ ਅਮੀਰ ਬਣ ਜਾਓ ਸਾਧ ਸੰਗਤ ਇੱਥੋਂ ਤੱਕ ਕਿ ਆਪਣਾ ਘਰ ਬਾਰ ਧਨ ਦੌਲਤ ਜ਼ਮੀਨ ਜਾਇਦਾਦ ਤੇ ਆਪਣੀਆਂ ਪਤਨੀਆਂ ਤੱਕ ਨੂੰ ਜੂਏ ਦੇ ਵਿੱਚ ਹਾਰਨ ਵਾਲੇ ਜਿਹੜੇ ਲੋਕ ਲਕਸ਼ਮੀ ਦਾ ਪੂਜਨ ਕਰਦੇ ਨੇ ਸਾਧ ਸੰਗਤ ਦੱਸੋ ਉਹ ਕੀ ਪੰਥ ਅਤੇ ਕੌਮ ਨੂੰ ਦੇਣਗੇ ਗੁਰੂ ਦੇ ਪਿਆਰ ਵਾਲਿਓ ਜੇ ਅੱਜ ਅਸੀਂ ਗੁਰਮਤ ਨੂੰ ਨਾਨਾ ਸਮਝਿਆ ਇਹ ਸਾਡੀ ਵਿਰਾਸਤ ਨਹੀਂ ਸੀ ਖਾਲਸੇ ਦੀ ਖਾਲਸਾ ਤੇ ਅਬਦਾਲੀ ਦੇ ਸਮੇਂ ਭਾਗਾਂ ਵਾਲਿਓ ਘੋੜਿਆਂ ਦੀਆਂ ਕਾਠੀਆਂ ਤੇ ਸਵਾਰ ਹੋ ਕੇ ਅਬਦਾਲੀ ਦੀ ਫੌਜ ਦਾ ਡਟ ਕੇ ਮੁਕਾਬਲਾ ਕਰਦਾ ਉਹਨਾਂ ਕੋਲੋਂ ਧੀਆਂ ਭੈਣਾਂ ਨੂੰ ਛਡਾਉਂਦਾ ਤੇ ਉਹ ਬੱਚੀਆਂ ਉਸ ਵਕਤ ਬਚਨ ਕਹਿੰਦੀਆਂ ਹੁੰਦੀਆਂ ਸੀਗੀਆਂ ਭਰਾਵੋ ਅਸੀਂ ਤੁਹਾਡੀਆਂ ਭੈਣਾਂ ਤੇ ਕੋਈ ਨਹੀਂ ਤੁਸੀਂ ਸਾਨੂੰ ਕਿਉਂ ਛਡਾ ਰਹੇ ਹੋ ਤੇ ਉਸ ਵਕਤ ਖਾਲਸੇ ਦੇ ਬੋਲਬਾਲੇ ਹੁੰਦੇ ਸੀਗੇ ਕਿ ਭੈਣੇ ਜੇ ਤੁਸੀਂ ਸਾਡੀਆਂ ਭੈਣਾਂ ਨਹੀਂ ਨਾ ਪਰ ਸਾਡੀਆਂ ਭੈਣਾਂ ਵਰਗੀਆਂ ਜ਼ਰੂਰ ਹੋ ਓਏ ਉਹਨਾਂ ਨੂੰ ਛਡਾ ਕੇ ਲਿਆਉਣਾ ਤੇ ਫਿਰ ਬੜੇ ਪਿਆਰ ਦੇ ਨਾਲ ਅਮਨ ਅਮਾਨ ਦੇ ਨਾਲ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣਾ ਆਹ ਸਾਡੀ ਵਿਰਾਸਤ ਹੁੰਦੀ ਸੀ ਸਿੱਖਾਂ ਦਾ ਕੰਮ ਨਹੀਂ ਸੀ ਹੁੰਦਾ ਕਿਸੇ ਤਿਉਹਾਰ ਦਾ ਗੁਰਪੁਰਬ ਵਾਲੇ ਦਿਨ ਸਾਧ ਸੰਗਤ ਜੀ ਇਹ ਜੂਏ ਖੇਡਣੇ ਸ਼ਰਾਬਾਂ ਪੀ ਕੇ ਥਾਣਿਆਂ ਵਿੱਚ ਜਾ ਕੇ ਲਲਕਾਰੇ ਮਾਰਨੇ ਜਾਂ ਚੌਂਕਾਂ ਤਾਂ ਗਲੀਆਂ ਵਿੱਚ ਖੜੇ ਹੋਣਾ ਮਸਕਰੀਆਂ ਕਰਨੀਆਂ ਨਾ ਪਾਈ ਸਿੱਖ ਇਹ ਜਿਹੜੀ ਵਿਰਾਸਤ ਆ ਸਾਧ ਸੰਗਤ ਜੀ ਉਹ ਇਹ ਤੇ ਬੜੀ ਮਹਾਨ ਹੈ ਤੇ ਮੈਂ ਬੇਨਤੀ ਕਰਾਂ ਲੋਕੀ ਤਾਂ ਦੀਵਾਲੀ ਮਨਾਉਂਦੇ ਨੇ ਬੜੇ ਅਮੀਰ ਲੋਕ ਜਿਹੜੇ ਨੇ ਜੂਏ ਖੇਡਦੇ ਸ਼ਰਾਬਾਂ ਪੀਂਦੇ ਹਨ ਪਰ ਜਿਹੜਾ ਗਰੀਬ ਆ ਉਹਦਾ ਦੀਵਾਲਾ ਨਿਕਲਿਆ ਹੁੰਦਾ ਸਾਧ ਸੰਗਤ ਜੀ ਉਹ
ਇਹਨਾਂ ਦੀ ਭੁੱਖ ਨੂੰ ਦੂਰ ਕੌਣ ਕਰੇਗਾ, ਬੇਰੁਜ਼ਗਾਰੀ ਕੌਣ ਦੂਰ ਕਰੇਗਾ, ਕੰਗਾਲੀ ਦੂਰ ਕੌਣ ਕਰੇਗਾ, ਇਹਨਾਂ ਲੋਕਾਂ ਨੂੰ ਉੱਧਰ ਵੀ ਖਿਆਲ ਕਰਨਾ ਚਾਹੀਦਾ ਹੈ। ਤੀਜੇ ਨੰਬਰ ਦੇ ਉੱਤੇ ਇੱਕ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਸਾਧ ਸੰਗਤ ਜੀ, ਮੈਂ ਗੁਰਮਤ ਦੀ ਰੋਸ਼ਨੀ ਵਿੱਚ ਇਹ ਬਚਨ ਜ਼ਰੂਰ ਕਹਿਣੇ ਚਾਹਾਂਗਾ ਕਿ ਮੇਰਾ ਸਤਿਗੁਰੂ ਕਹਿੰਦਾ ਵੀ ਵੇਖੋ ਪਰਮਾਤਮਾ ਕਿੱਥੇ ਰਹਿੰਦਾ ਹੈ। ਪਰਮਾਤਮਾ ਰਹਿੰਦਾ ਕੁਦਰਤ ਦੇ ਵਿੱਚ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ। ਸਾਧ ਸੰਗਤ ਜੀ, ਅਸੀਂ ਕੁਦਰਤ ਨੂੰ ਮੈਲਾ ਕਰ ਛੱਡਿਆ ਕਰ ਦਿੱਤਾ ਹੈ, ਕੁਦਰਤ ਦੇ ਵਿੱਚ ਨਿਰੀ ਮੈਲ ਹੀ ਮੈਲ ਭਰ ਦਿੱਤੀ, ਅਸੀਂ ਪਾਣੀ ਮੈਲਾ ਕਰ ਦਿੱਤਾ, ਧਰਤੀ ਮੈਲਾ ਕਰ ਦਿੱਤੀ, ਦਰਖਤ ਅਸੀਂ ਕੱਟੇ। ਸਾਧ ਸੰਗਤ ਜੀ, ਇੱਥੋਂ ਤੱਕ ਕਿ ਭਿਆਨਕ ਬਿਮਾਰੀਆਂ ਹੁਣ ਸਾਨੂੰ ਹੀ ਆਣ ਕਰਕੇ ਚੁੰਬੜ ਗਈਆਂ ਨੇ। ਆਤਿਸ਼ਬਾਜ਼ੀ ਨਾਲ ਇੱਕ ਪੋਲਿਊਸ਼ਨ ਪੈਦਾ ਹੁੰਦਾ ਹੈ। ਦੂਜੇ ਨੰਬਰ ਦੇ ਉੱਤੇ ਘਰਾਂ ਨੂੰ ਅੱਗਾਂ ਲੱਗਦੀਆਂ, ਫੈਕਟਰੀਆਂ ਨੂੰ ਅੱਗਾਂ ਲੱਗਦੀਆਂ, ਪਟਾਕੇ ਜਦੋਂ ਚਲਾਏ ਜਾਂਦੇ ਹਨ ਤੇ ਉਸ ਵਕਤ ਕਈ ਬੱਚੇ ਆਪਣੇ ਤਨ ਦਾ, ਸਰੀਰ ਦੇ ਅੰਗਾਂ ਦਾ ਵੀ ਨੁਕਸਾਨ ਕਰਦੇ ਹਨ। ਤੋ ਬੜੇ ਖਿਆਲ ਦੇ ਨਾਲ ਜੇ ਕਿਤੇ ਕਰਨਾ ਵੀ ਹੈ ਤੇ ਬੜੇ ਖਿਆਲ ਦੇ ਨਾਲ ਇਸ ਨੂੰ ਕੀਤਾ ਜਾਏ, ਧਿਆਨ ਦੇ ਨਾਲ ਕੀਤਾ ਜਾਏ। ਗੁਰੂ ਦੇ ਪਿਆਰ ਵਾਲਿਓ, ਮੇਰਾ ਸਤਿਗੁਰੂ ਕਿਰਪਾ ਕਰੇ, ਵੇਖੋ ਕਿਤਨੇ ਪਿਆਰਾ ਸਿਧਾਂਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਹੁਣ ਆਈਏ ਆਪਾਂ ਬੰਦੀ ਛੋੜ ਦਿਵਸ ਦੇ ਵੱਲ। ਸਤਿਗੁਰੂ ਸਾਧ ਸੰਗਤ ਜੀ, ਸਾਡੇ ਬੰਧਨ ਕੱਟਣ ਵਾਲਾ ਹੈ ਸਾਡਾ ਗੁਰਪੁਰਬ, ਇਹ ਹੈ ਨਾ ਬੰਦੀ ਛੋੜ। ਪਰ ਸਾਨੂੰ ਬੰਦੀ ਛੋੜ ਦਾ ਬਹੁਤ ਘੱਟ ਪਤਾ ਹੈ, ਸਾਨੂੰ ਦੀਵਾਲੀ ਦਾ ਪਤਾ ਹੈ। ਸਵੇਰ ਤੋਂ ਹੀ ਮੋਬਾਈਲ ਦੇ ਉੱਤੇ 3 ਵਜੇ ਤੋਂ ਹੀ ਨਾ ਮੈਸੇਜ ਆਉਣੇ ਸ਼ੁਰੂ ਹੋ ਗਏ, ਹੈਪੀ ਦੀਵਾਲੀ ਹੈਪੀ ਦੀਵਾਲੀ। ਬਹੁਤ ਘੱਟ ਗੁਰੂ ਕੇ ਪਿਆਰ ਵਾਲਿਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਾਧ ਸੰਗਤ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। 5 ਵਿਕਾਰਾਂ ਤੋਂ ਸਾਨੂੰ ਸਤਿਗੁਰੂ ਜੀ ਇੱਥੋਂ ਬਚਾ ਕਰਕੇ ਸੁਰਖਰੂ ਕਰਦੇ ਹਨ, ਸਾਡੇ ਆਤਮਿਕ ਜੀਵਨ ਦੀ ਸੰਭਾਲ ਕਰਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਇੱਥੇ ਹੀ ਬਚਨ ਨਹੀਂ, ਸਤਿਗੁਰ ਬੰਦੀ ਛੋੜੈ ਜੀਵਨ ਮੁਕਤ ਕਰੈ ਉਡੀਣਾ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਬੰਧਨ ਇੱਕ ਸੱਚਾ ਸਤਿਗੁਰੂ ਕੱਟ ਸਕਦਾ ਹੈ। ਜਿਨ੍ਹਾਂ ਦੇ ਸਿਰ ਤੇ ਆਪ ਬੰਧਨ ਹੈ ਉਹ ਕਿਸੇ ਦੇ ਬੰਧਨ ਕੀ ਕੱਟਣਗੇ। ਨੂਰ ਮੇਲੀਆ ਰਾਮ ਰੀਮ ਪਨਿਹਾਰਾਂ ਵਾਲਾ ਇਹ ਇੰਨੇ ਲਗੇ ਫਿਰਦੇ ਨੇ ਪੰਜਾਬ ਦੀ ਧਰਤੀ ਤੇ ਸ਼ਬਦ ਗੁਰੂ ਦਾ ਮੁਕਾਬਲਾ ਕਰਦੇ, ਇਹ ਤਾਂ ਆਪ ਬੰਧਨਾਂ ਵਿੱਚ ਬੱਝੇ ਪਏ ਨੇ। ਹਜ਼ਾਰਾਂ ਹਜ਼ਾਰਾਂ ਕੇਸ ਇਹਨਾਂ ਤੇ ਚੱਲਦੇ ਪਏ ਨੇ, ਇਹਨਾਂ ਨੇ ਕਿਸੇ ਦੇ ਬੰਧਨ ਕੀ ਕੱਟਣੇ ਨੇ। ਇਸ ਡੇਰਾਵਾਦ ਦੇ ਖਿਲਾਫ ਸਾਨੂੰ ਜੂਝਣਾ ਪਏਗਾ ਸਾਧ ਸੰਗਤ, ਇਹ ਸਾਨੂੰ ਮਤਾ ਪਕਾਉਣਾ ਪਏਗਾ ਅੱਜ ਦੇ ਦਿਨ, ਕਿਉਂਕਿ ਦੀਵਾਲੀ ਉੱਤੇ ਖਾਲਸਾ ਮਤੇ ਪਕਾਉਂਦਾ ਹੁੰਦਾ ਸੀ, ਦੀਵਾਲੀ ਤੇ ਖਾਲਸਾ ਮਤੇ ਪਕਾਉਂਦਾ ਹੁੰਦਾ ਸੀ। ਵੇਖੋ ਇਹ ਦੀਵਾਲੀ ਸ਼ੁਰੂ ਕਿੱਥੋਂ ਹੋਈ, ਮੇਰਾ ਸਤਿਗੁਰੂ ਕਦੋਂ ਤੋਂ ਬੰਧਨ ਕੱਟਣ ਲੱਗਾ ਹੈ। ਅਸੀਂ ਕਹਿੰਦੇ ਵੀ 52 ਰਾਜੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾ ਕੇ ਲਿਆਏ ਨਾ। ਕਦੇ ਤੁਸੀਂ ਜਾਓ ਸਾਹਿਬ ਸੱਚੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਜਾਮੇ ਦੇ ਵਿੱਚ ਜਦੋਂ ਏਮਨਾਬਾਦ ਦੀ ਧਰਤੀ ਉੱਤੇ ਜਾਂਦੇ ਨੇ ਤੇ ਉੱਥੇ ਬਾਬਰ ਨੇ ਹਮਲਾ ਕੀਤਾ ਤੇ ਉੱਥੇ ਬੇਕਸੂਰ ਨਿਰਦੋਸ਼ ਤੇ ਮਜ਼ਲੂਮ ਲੋਕਾਂ ਨੂੰ ਪਕੜ ਪਕੜ ਕੇ ਤਸੀਹੇ ਦਿੱਤੇ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਗਏ ਤੇ ਉੱਥੇ ਜਾ ਕਰਕੇ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਛੇੜ, ਇਹਦੇ ਪਾਜਾਂ ਨੂੰ ਆਪਾਂ ਨਸ਼ਰ ਕਰੀਏ ਦੁਨੀਆਂ ਦੇ ਲੋਕਾਂ ਦੇ ਸਾਹਮਣੇ। ਤੇ ਭਾਈ ਮਰਦਾਨਾ ਰਬਾਬ ਵਜਾਉਣ ਵਾਲਾ ਹੋਵੇ। ਸਾਧ ਸੰਗਤ ਜੀ, ਇਹ ਭਾਈ ਮਰਦਾਨੇ ਦੀ ਰਬਾਬ ਸੀ, ਇਹ ਕੋਈ ਆਮ ਲੱਕੜੀ ਨਹੀਂ ਸੀ, ਇਹ ਰਬਾਬ ਭਾਈ ਮਰਦਾਨੇ ਦੀ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪ ਕੀਰਤਨ ਕਰਦੇ ਹੋਣ ਤਾਂ ਕਿੰਨੀ ਬਖਸ਼ਿਸ਼, ਕਿੰਨੀ ਰਹਿਮਤ ਹੋਵੇਗੀ ਸਾਧ ਸੰਗਤ ਉਸ ਵਕਤ। ਉਸ ਵਕਤ ਜਾਬਰ ਆਖਿਆ ਸ਼ਬਦ ਵਰਤੇ ਉਸ ਬਾਬਰ ਦੇ ਵਾਸਤੇ ਤੇ ਬਾਬਰ ਨੂੰ ਖਰੀਆਂ ਖਰੀਆਂ ਸੁਣਾਈਆਂ, ਬਾਬਰ ਦਾ ਟਾਕਰਾ ਕੀਤਾ। ਸਾਧ ਸੰਗਤ ਜੀ, ਵਾਰਤਾਲਾਪ ਹੋਏ ਬਾਬਰ ਦੇ ਨਾਲ ਤੇ ਬਾਬਰ ਨੂੰ ਉੱਥੇ ਫਿਰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਹਨੇ ਆਪਣੀ ਭੁੱਲ ਬਖਸ਼ਾਈ ਤੇ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਪਹਿਲਾ ਲਾਮਬੰਦ ਮੋਰਚਾ ਉਦੋਂ ਤੋਂ ਕਾਇਮ ਕੀਤਾ ਸੀ। ਬਾਬਾ ਨਾਨਕ ਜੀ ਨੇ ਸਾਧ ਸੰਗਤ ਜੀ ਉਸ ਵਕਤ ਬਚਨ ਕੀਤੇ ਕਿ ਛੱਡ ਦਿਓ ਇਹਦੀਆਂ ਚੱਕੀਆਂ, ਕਿਸੇ ਨੇ ਚੱਕੀਆਂ ਇਹਦੀਆਂ ਕਮਾਉਣੀਆਂ ਨਹੀਂ, ਅਸੀਂ ਇਹਦੀਆਂ ਜ਼ੁਲਮ ਦੀਆਂ ਚੱਕੀਆਂ ਬੰਦ ਕਰਨ ਵਾਸਤੇ ਆਏ ਹਾਂ, ਇਹਦੀਆਂ ਚੱਕੀਆਂ ਕਮਾਉਣ ਵਾਸਤੇ ਨਹੀਂ ਆਏ। ਸਾਧ ਸੰਗਤ, ਬਾਬਾ ਨਾਨਕ ਜੀ ਨੇ ਉੱਥੇ ਉਹਨਾਂ ਨਿਰਦੋਸ਼ ਮਜ਼ਲੂਮ ਲੋਕਾਂ ਨੂੰ ਰਿਹਾ ਕਰਾਇਆ। ਦੂਜੀ ਦੀਵਾਲੀ ਸਾਧ ਸੰਗਤ ਜੀ ਆਪਾਂ ਇਹ ਮੰਨਦੇ ਹਾਂ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਵੀ ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਉਹਨਾਂ ਕੈਦੀਆਂ ਨੂੰ ਰਿਹਾ ਕਰਾਇਆ। ਤੇ ਤੁਸੀਂ ਵੇਖੋ ਵੀ ਹੋਰ ਕਿੰਨੀਆਂ ਕੁ ਦੀਵਾਲੀਆਂ ਆਈਆਂ, ਜਿਹੜੇ ਮੈਂ ਤੁਹਾਡੇ ਨਾਲ ਬਚਨ ਸਾਂਝੇ ਕੀਤੇ ਸੀ ਵੀ ਸਾਨੂੰ ਕਿੰਨੇ ਦੁੱਖ ਮਿਲੇ ਨੇ ਇਹਨਾਂ ਦੀਵਾਲੀਆਂ ਉੱਤੇ। 1738 ਦਾ ਸਮਾਂ ਹੈ ਤੇ ਉਸ ਵਕਤ ਜਿਹੜਾ ਖਾਲਸਾ ਪੰਥ ਹੈ ਨਾ, ਉਹ ਭਾਗਾਂ ਵਾਲੇ ਉਹ ਜੰਗਲ ਦੇ ਵਿੱਚ ਖੇਰੂ ਖੇਰੂ ਹੋਇਆ ਘੋੜਿਆਂ ਦੀ ਕਾਠੀਆਂ ਉੱਤੇ ਰਹਿੰਦੇ ਨੇ।
ਭੁੱਜੇ ਛੋਲੇ ਜਿਹੜੇ ਨੇ ਨਾ ਉਹ ਛੱਕ ਕੇ ਗੁਜ਼ਾਰਾ ਕਰਦੇ ਨੇ। ਇਹੋ ਜਿਹਾ ਸਮਾਂ ਸੀ ਖਾਲਸੇ ਤੇ, ਬੜਾ ਸਮਾਂ ਰਿਹਾ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਵਿੱਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿਣਾ। ਤੇ ਸਾਧ ਸੰਗਤ ਅੱਤ ਦੇ ਦੁੱਖ ਤਸੀਏ ਉਹਨਾਂ ਨੇ ਝੱਲੇ, ਪਰ ਕਦੇ ਉਹਨਾਂ ਨੇ ਇਨ ਨਹੀਂ ਸੀ ਮੰਨੀ ਤੇ ਗੁਰਮਤ ਸਿਧਾਂਤਾਂ ਦੇ ਵਿਰੁੱਧ ਨਹੀਂ ਸੀ ਉਹ ਗਏ। ਭਾਈ ਮਨੀ ਸਿੰਘ ਜੀ ਨੇ ਉਸ ਵਕਤ ਸੋਚਿਆ, ਕਹਿੰਦੇ ਜਿਹੜਾ ਖਾਲਸਾ ਪੰਥ ਟੁਕੜਿਆਂ ਦੇ ਵਿੱਚ ਵੰਡਿਆ ਪਿਆ ਆਪਣੇ ਘਰ ਦੇ ਵਿੱਚ ਨਹੀਂ ਨਾ, ਜਿੰਨੀ ਦੇਰ ਤੱਕ ਪੰਥ ਇੱਕ ਨਹੀਂ ਹੋ ਸਕਦਾ, ਪੰਥ ਇੱਕ ਜਗ੍ਹਾ ਤੇ ਇਕੱਠਾ ਹੋ ਕੇ ਨਹੀਂ ਬਹਿ ਸਕਦਾ, ਉਨੀ ਦੇਰ ਤੱਕ ਗੁਰਮਤੇ ਨਹੀਂ ਪਕਾਏ ਜਾਂਦੇ, ਜਿੰਨੀ ਦੇਰ ਤੱਕ ਗੁਰਮਤੇ ਨਹੀਂ ਪਕਾਏ ਜਾਂਦੇ ਉਨੀ ਦੇਰ ਤੱਕ ਜਿਹੜਾ ਪੰਥ ਕੌਮ ਇਸਦਾ ਵਿਕਾਸ ਨਹੀਂ ਜੀ ਹੋ ਸਕਦਾ। ਭਾਈ ਮਨੀ ਸਿੰਘ ਜੀ ਸਿਆਣਪ ਨਾਲ ਕੰਮ ਲੈਂਦਿਆਂ ਹੋਇਆਂ ਜ਼ਕਰੀਆ ਖਾਨ ਨੂੰ ਕਿਹਾ ਸੀਗਾ, ਜਿੰਨੇ ਪੈਸੇ ਤੂੰ ਲੈਣੇ ਚਾਹੁੰਦਾ, ਭਾਵਾਂ ਗੁਰੂ ਦੀਆਂ ਸੰਗਤਾਂ ਦੇ ਪੈਸੇ ਸੀਗੇ, ਪਰ ਕੌਮ ਤੇ ਪੰਥ ਦੇ ਵਾਸਤੇ ਉਹਨਾਂ ਨੇ ਸਾਧ ਸੰਗਤ ਜੀ ਵਚਨ ਕੀਤੇ ਕਿ ਅਸੀਂ ਤੈਨੂੰ ਦਵਾਂਗੇ, ਪਰ ਤੂੰ ਖਾਲਸੇ ਦਾ ਇਕੱਠ ਦਰਬਾਰ ਸਾਹਿਬ ਦੀ ਧਰਤੀ ਤੇ ਕਰ ਲੈਣ ਦੇ, ਤੂੰ ਕੁ ਮਾਤਰ ਮੇਰੇ ਕੋਲ ਬੇਨਤੀਆਂ, ਮੈਂ ਤੂੰ ਕੁ ਮਾਤਰ ਬੇਨਤੀਆਂ ਕਰਨੀਆਂ ਨੇ। ਭਾਗਾਂ ਵਾਲਿਓ, ਫਿਰ ਉਸ ਵਕਤ ਖਾਲਸਾ ਪੰਥ ਇਕੱਠਾ ਹੋਇਆ, ਹੁਕਮਨਾਮੇ ਭੇਜੇ ਗਏ ਭਾਈ ਮਨੀ ਸਿੰਘ ਜੀ ਵੱਲੋਂ। ਪਰ ਜਿਨ੍ਹਾਂ ਦੀ ਨੀਯਤ ਵਿੱਚ ਖੋਟ ਹੋਵੇ, ਦੋਗਲਾਪਨ ਹੋਵੇ, ਜਿਵੇਂ ਅੱਜ ਕੱਲ੍ਹ ਹੈ ਸਾਧ ਸੰਗਤ ਜੀ, ਵੀ ਹੁਣ ਇਹਨਾਂ ਨੂੰ ਅੰਦਰੋਂ ਅੰਦਰ ਖਤਮ ਕਰੀ ਜਾਓ, ਪਹਿਲਾਂ ਇਹਨਾਂ ਤੇ ਮਾਰੂ ਹੱਲੇ ਕਰ ਕਰਕੇ ਵੇਖ ਲਏ ਕਿੰਨੇ ਘੱਲੂ ਘਾਰੇ ਸਾਡੇ ਉੱਤੇ ਕੀਤੇ ਸਾਧ ਸੰਗਤ ਜੀ ਕੌਮ ਦਾ ਖਾਤਮਾ ਕਰਨ ਦੇ ਵਾਸਤੇ। ਹੁਣ ਸਾਇਲੈਂਟ ਕਿਲਿੰਗ ਚੱਲਦੀ ਪਈ ਹੈ ਅੰਦਰੇ ਅੰਦਰ, ਕਿਤੇ RSS ਤੇ ਜਿਹੜੇ ਸਿੱਖ ਪੰਥ ਦੇ ਵਿਰੋਧੀ ਆ ਨਾ, ਉਹਨਾਂ ਦੀਆਂ ਗਤੀਵਿਧੀਆਂ ਪੜ੍ਹ ਕਰਕੇ ਵੇਖੋ ਤੁਸੀਂ ਸਾਰੇ। ਸਾਧ ਸੰਗਤ, ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰਨੀ ਚਾਹਾਂਗਾ, ਜਿੰਨੇ ਵੀ ਪੰਥ ਦੇ ਵਿਰੋਧੀ ਹਨ ਉਹ ਸਾਰੇ ਆਪਸ ਦੇ ਵਿੱਚ ਭਾਵਾਂ ਦੁਸ਼ਮਣ ਵੀ ਹੋਣ, ਜਿੰਨੀਆਂ ਮਰਜ਼ੀ ਸਰਕਾਰਾਂ ਹੋਣ, ਆਪਸ ਵਿੱਚ ਭਾਵਾਂ ਉਹ ਕੱਟੜ ਦੁਸ਼ਮਣ ਹੋਣ, ਪਰ ਜਦੋਂ ਸਿੱਖ ਪੰਥ ਦੇ ਖਾਤਮੇ ਦੀ ਗੱਲ ਆਉਂਦੀ ਹੈ ਨਾ, ਉਦੋਂ ਸਾਰੇ ਇੱਕ ਹੋ ਜਾਂਦੇ ਨੇ। ਝੂਠੇ ਨੇ, ਦੋਗਲੇ ਨੇ, ਸਿੱਖਾਂ ਦੇ ਕੋਲ ਸੱਚ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੀ ਰਹਿਨੁਮਾਈ ਕਰਦੇ ਪਏ ਨੇ, ਸੱਚ ਆਪਦੇ ਕੋਲ ਹੁੰਦਿਆਂ ਸੁਣਦਿਆਂ ਵੀ ਭਾਗਾਂ ਵਾਲਿਓ ਅਸੀਂ ਵੰਡੀਆਂ ਦੇ ਵਿੱਚ ਵੰਡੇ ਪਏ ਹਾਂ, ਅਸੀਂ ਆਪਣੀ ਮਰਿਆਦਾ ਵੱਖਰੀ ਵੱਖਰੀ ਬਣਾ ਦਿੱਤੀ, ਅਸੀਂ ਤਾਂ ਅੰਮ੍ਰਿਤ ਵੀ ਵੱਖਰਾ ਵੱਖਰਾ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਘੁਸਪੈਠ ਉਹਨਾਂ ਵੱਲੋਂ ਕੀਤੀ ਗਈ ਹੈ। ਸਾਧ ਸੰਗਤ, ਉਹਨਾਂ ਨੇ ਖਰੀਦ ਲਿਆ ਸਰਦਾਰਾਂ ਨੂੰ, ਗੱਦਾਰ ਬਣਾ ਦਿੱਤਾ, ਕਿਉਂਕਿ ਜਿਹੜੀ ਹਾਕਮ ਕੌਮ ਹੁੰਦੀ ਹੈ ਨਾ ਉਹ ਖਰੀਦ ਲੈਂਦੀ ਹੈ ਸਰਦਾਰਾਂ ਨੂੰ ਗੱਦਾਰ, ਤੇ ਗੱਦਾਰਾਂ ਨੂੰ ਸਰਦਾਰ ਆਪਣੀ ਮਰਜ਼ੀ ਨਾਲ ਬਣਾ ਸਕਦੀ ਹੈ, ਇਸੇ ਤਰ੍ਹਾਂ ਹੋ ਰਿਹਾ। ਤੇ ਮੈਂ ਤਾਂ ਤੂਕ ਮਾਤਰ ਇਹ ਵੀ ਬੇਨਤੀ ਕਰਦਾ, 28 ਸਾਲ ਹੋ ਗਏ ਨੇ ਸਾਧ ਸੰਗਤ ਜੀ, ਜਿਹੜਾ ਸਭ ਤੋਂ ਵੱਡਾ ਕੱਲੂਕਾਰਾ ਸਭ ਤੋਂ ਅਖੀਰ ਤੇ ਸਾਡੇ ਉੱਤੇ ਵਾਪਰਿਆ ਕਿ ਸਾਨੂੰ ਇਨਸਾਫ ਮਿਲ ਗਿਆ। ਸਿੱਖ ਸੋਚਾਂ ਸੋਚੀ ਜਾਂਦਾ, ਚਲੋ ਇਸ ਸਰਕਾਰ ਕੋਲ ਮਿਲ ਜਾਏਗਾ, ਅਗਲੀ ਸਰਕਾਰ ਆਵੇਗੀ ਉਹਦੇ ਕੋਲੋਂ ਮਿਲ ਜਾਏਗਾ, ਪਰ ਝੂਠੇ ਵਾਅਦੇ ਸਾਰੀਆਂ ਸਰਕਾਰਾਂ ਵੱਲ ਵੇਖ ਲਿਆ, ਕਿਉਂਕਿ ਅੰਦਰੋਂ ਪੂਰੀ ਮਿਲੀ ਭੁਗਤ ਹੈ, ਪਾਜ ਇਹਨਾਂ ਦੇ ਉੱਗੜਦੇ ਹਨ, ਸਾਰੇ ਉਹਦੇ ਵਿੱਚ ਸ਼ਾਮਿਲ ਹੋਏ ਹੋਏ ਹਨ। ਤੋ ਗੁਰੂ ਦੇ ਪਿਆਰ ਵਾਲਿਓ, ਸਾਨੂੰ ਹੋਸ਼ ਨਾਲ ਕੰਮ ਲੈਣ ਦੀ, ਵੀ ਅਸੀਂ ਹੁਣ ਸਿਰ ਤਾਂ ਬੜੇ ਦਿੱਤੇ ਪਹਿਲਾਂ, ਪਰ ਸਿਰ ਦੇ ਨਾਲ ਸੋਚਿਆ ਕੋਈ ਨਹੀਂ, ਇਸ ਕਰਕੇ ਪਹਿਲਾਂ ਸਿਰ ਦੇ ਨਾਲ ਵਿਚਾਰ ਕਰਨੇ, ਹੋਸ਼ ਹੋਣਾ ਚਾਹੀਦਾ ਸਾਡੇ ਕੋਲ, ਜੋਸ਼ ਬਾਅਦ ਵਿੱਚ ਹੈ, ਪਹਿਲਾਂ ਹੋਸ਼ ਪਹਿਲਾਂ ਵਿਚਾਰ, ਤਾਂ ਕਿ ਅਸੀਂ ਵਿਚਾਰ ਕਰਕੇ ਜਿਹੜੇ ਸਿੱਖ ਕੌਮ ਦੇ ਵਿੱਚ ਸਰਦਾਰਾਂ ਵਿੱਚ ਗੱਦਾਰ ਛਿਪੇ ਪਏ ਨੇ ਨਾ, ਉਹਨਾਂ ਨੂੰ ਅਸੀਂ ਪਰਖ ਸਕੀਏ। ਤੋ ਭਾਗਾਂ ਵਾਲਿਓ, ਉਸ ਵਕਤ ਭਾਈ ਮਨੀ ਸਿੰਘ ਜੀ ਇਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਵੀ ਖਾਲਸਾ ਪੰਥ ਇਕੱਠਾ ਹੋ ਲੈਣ ਦੇ। ਜਦੋਂ ਖਾਲਸਾ ਪੰਥ ਇਕੱਠਾ ਹੋ ਗਿਆ, ਖੋਟ ਵਿੱਚ ਨੀਯਤ ਵਿੱਚ ਖੋਟ ਸੀ, ਤੇ ਉਸੇ ਵਕਤ ਇਹਨਾਂ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ, ਜਿਹੜੇ ਅੰਦਰ ਆ ਰਹੇ ਨੇ ਉਹਨਾਂ ਨੂੰ ਤੇ ਆਉਣ ਦੋ, ਪਰ ਅੰਦਰੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। 84 ਵਿੱਚ ਵੀ ਇਸੇ ਤਰ੍ਹਾਂ, ਜਿਹੜੇ ਦਰਬਾਰ ਸਾਹਿਬ ਵਿੱਚ ਅੰਦਰ ਆ ਰਹੇ ਨੇ ਉਹਨਾਂ ਨੂੰ ਆਉਣ ਦਿਓ, ਬਾਹਰ ਨਾ ਜਾਣ ਦਿਓ ਕਿਸੇ ਨੂੰ। ਸਾਧ ਸੰਗਤ, ਜਦੋਂ ਪਹਿਲਾਂ 2 ਦਿਨ ਪਤਾ ਲੱਗ ਗਿਆ ਸੀ ਭਾਈ ਮਨੀ ਸਿੰਘ ਜੀ ਨੂੰ ਇਹਨਾਂ ਦੀ ਨੀਯਤ ਦਾ, ਤੇ ਉਸ ਵਕਤ ਵਾਪਸ ਹੁਕਮਨਾਮਾ ਸਾਹਿਬ ਉਹਨਾਂ ਨੇ ਭੇਜ ਦਿੱਤੇ ਸੀਗੇ ਵੀ ਖਾਲਸਾ ਜੀ ਇਹਨਾਂ ਦੀ ਨੀਯਤ ਬਦਲ ਗਈ ਹੈ, ਖੋਟ ਹੈ, ਤੁਸੀਂ ਦਰਬਾਰ ਸਾਹਿਬ ਨਾ ਆਇਓ। ਰੋਕਦਿਆਂ ਰੋਕਦਿਆਂ ਵੀ ਹਜ਼ਾਰਾਂ ਦਾ ਇਕੱਠ ਦਰਬਾਰ ਸਾਹਿਬ ਦੀ ਧਰਤੀ ਤੇ ਹੋ ਗਿਆ ਸੀ। ਇਕੱਠ ਪਹਿਲਾਂ ਤੋਂ ਹੁੰਦਾ ਸੀ ਵਿਸਾਖੀ ਤੇ ਦੀਵਾਲੀ ਦਾ, ਮੈਂ ਬੇਨਤੀ ਕਰਦਾ। ਇਹਦਾ ਕਾਰਨ ਇਹ ਨਹੀਂ ਸੀ ਹੁੰਦਾ ਵੀ ਇਹ ਦਿਹਾੜਾ ਮਨਾਉਣਾ ਹੈ, ਬਾਈ ਵੀ ਇਹ ਦਿਹਾੜਾ ਬਹੁਤ ਪਵਿੱਤਰ ਹੈ, ਕਿਉਂਕਿ ਉਦੋਂ ਮੀਡੀਆ ਨਹੀਂ ਸੀ, ਕੌਮ ਕੋਈ ਕੈਲੰਡਰ ਨਹੀਂ ਸੀ, ਕੋਈ ਸਹਿਤ ਨਹੀਂ ਸੀ, ਤੇ ਸਾਧ ਸੰਗਤ 6-6 ਮਹੀਨਿਆਂ ਬਾਅਦ ਇਹ ਦਿਹਾੜੇ ਆਉਂਦੇ ਸੀ, ਤੇ ਸਤਿਗੁਰੂ ਜੀ ਗੁਰਮਤੇ ਪਕਾ ਕਰਕੇ ਜਿਹੜੇ ਅੱਗੇ 6 ਮਹੀਨੇ ਹੋਇਆ ਕਰਦੇ ਸਨ ਨਾ, ਉਹ ਸਾਰੀਆਂ ਸੰਗਤਾਂ ਨੂੰ ਦੱਸ ਦਿਆ ਕਰਦੇ ਸੀ, ਦਿਹਾੜੇ ਪਹਿਲਾਂ ਮਨਾਏ ਜਾਂਦੇ ਹੁੰਦੇ ਸੀ, ਇਕੱਠ ਹੁੰਦਾ ਸੀ ਕਿ ਮੈਂ ਕਰਨਾ ਇਹਨਾਂ ਦਿਹਾੜਿਆਂ ਤੇ, ਚੰਗੇ ਜਾਂ ਮੰਦੇ ਦਿਹਾੜੇ ਦੀ ਵਿਚਾਰ ਨਹੀਂ ਸੀ, ਗੁਰਮਤ ਦੇ ਵਾਸਤੇ ਸਾਰੇ ਦਿਹਾੜੇ ਵਧੀਆ ਨੇ। ਤੋ ਸਾਧ ਸੰਗਤ, ਉਸ ਵਕਤ ਭਾਈ ਮਨੀ ਸਿੰਘ ਜਦੋਂ ਉਹਨਾਂ ਨੇ ਹੁਕਮਨਾਮੇ ਭੇਜੇ, ਪਰ ਦੇਰ ਹੋ ਚੁੱਕੀ ਸੀ, ਤੇ ਇਹਨਾਂ ਨੇ ਨਾ ਫਿਰ ਕੋਈ ਉਹ ਕਾਤਲਾਨਾ ਹਮਲਾ ਕੀਤਾ, ਇਸ਼ਨਾਨ ਕਰਦਿਆਂ ਤੇ, ਕੀਰਤਨ ਕਰਦਿਆਂ ਤੇ, ਬਾਣੀ ਪੜ੍ਹਦੀਆਂ ਸੰਗਤਾਂ ਉੱਤੇ, ਤੇ ਦਰਬਾਰ ਸਾਹਿਬ ਦੀ ਧਰਤੀ ਨੂੰ ਲਹੂ ਲੁਹਾਨ ਕਰ ਦਿੱਤਾ।
ਬਾਅਦ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਕਿਹਾ ਗਿਆ ਵੀ ਜਿਹੜਾ ਮਾਮਲਾ ਆ ਬਚਿਆ ਹੋਇਆ ਉਹ ਸਾਨੂੰ ਵਾਪਸ ਕਰੋ। ਤਾਂ ਭਾਈ ਮਨੀ ਸਿੰਘ ਨੇ ਬਚਨ ਕੀਤੇ ਸੀਗੇ, ਭੱਜ ਜਾਓ ਇੱਥੋਂ, ਕਿਹੜਾ ਮਾਮਲਾ ਮੰਗਦੇ ਹੋ ਤੁਸੀਂ, ਤੁਹਾਡੀ ਨੀਅਤ ਵਿੱਚ ਇੰਨਾ ਦੋਗਲਾਪਨ। ਵੀਰ ਰਸ ਵਿੱਚ ਆਣ ਕਰਕੇ ਭਾਈ ਮਨੀ ਸਿੰਘ ਜੀ ਨੇ ਇਹ ਬਚਨ ਕੀਤੇ ਸੀ ਕਿ ਵਾਅਦੇ ਤੋਂ ਤੁਸੀਂ ਮੁੱਕਰ ਗਏ ਹੋ। ਤੇ ਖੈਰ ਸਾਧ ਸੰਗਤ ਜੀ, ਉਹਨਾਂ ਦੀ ਇਹ ਸਾਜ਼ਿਸ਼ ਸੀ, ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਚੱਲਦਾ। ਤੇ ਉਹਨਾਂ ਨੇ ਫਿਰ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਨਾ ਕਹਿ ਦਿੱਤਾ ਵੀ ਤੁਸੀਂ ਇਸਲਾਮ ਕਬੂਲ ਕਰੋ। ਤੇ ਉਸ ਵਕਤ ਭਾਈ ਮਨੀ ਸਿੰਘ ਜੀ ਕਹਿੰਦੇ ਕਿ ਮੈਂ ਇਸਲਾਮ ਕਬੂਲ ਨਹੀਂ ਕਰ ਸਕਦਾ ਕਿਉਂਕਿ ਸਮਾਂ ਬਹੁਤ ਨਜ਼ਦੀਕ ਹੈ, ਮੈਂ ਤੂਕ ਮਾਤਰ ਬੇਨਤੀ ਕਰਾਂ। ਭਾਈ ਮਨੀ ਸਿੰਘ ਜੀ ਨੇ ਜਿਹੜੀ ਕੌਮ ਟੁਕੜੇ ਟੁਕੜੇ ਹੋਈ ਹੋਈ ਸੀ ਨਾ, ਉਸ ਨੂੰ ਇੱਕ ਜੁੱਟ ਕਰਨ ਵਾਸਤੇ, ਉਸ ਕੌਮ ਦਾ ਗਠਬੰਧਨ ਕਰਨ ਵਾਸਤੇ, ਕੌਮ ਨੂੰ ਜਥੇਬੰਦ ਕਰਨ ਵਾਸਤੇ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਵਾ ਲਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਉਹ ਵੀ ਇਹੀ ਉਹ ਦਿਨ ਸੀ ਅੱਜ ਦਾ, ਇਸ ਕਰਕੇ ਕਿ ਅਸੀਂ ਉਹ ਦਿਹਾੜਾ ਮਨਾਇਆ। ਮੇਰਾ ਸਤਿਗੁਰੂ ਕਿਰਪਾ ਕਰੇ। ਸਾਧ ਸੰਗਤ ਜੀਓ, ਇਹ ਤੀਜੀ ਦੀਵਾਲੀ ਸੀ 1738 ਵਿੱਚ। 1746 ਵਿੱਚ ਇੱਕ ਹੋਰ ਦੀਵਾਲੀ ਆਈ, ਜੱਸਾ ਸਿੰਘ ਆਲੂ ਵਾਲੀ ਆ, ਉਦੋਂ ਕੌਮ ਦਾ ਆਗੂ ਹੈ, ਹਰੀ ਸਿੰਘ ਭੰਗੀ ਹੈ, ਨੌਦ ਸਿੰਘ ਸ਼ੁਕਰਚਰੀਆ ਹੈ। ਤੇ ਸਾਧ ਸੰਗਤ ਇਹਨਾਂ ਨੇ ਬੈਠ ਕੇ ਇੱਕ ਮਤਾ ਪਕਾਇਆ ਸੀ, ਮਤੇ ਬੜੇ ਕਮਾਲ ਦੇ ਪਕਾਏ ਦਰਬਾਰ ਸਾਹਿਬ ਦੀ ਧਰਤੀ ਤੇ। ਕਹਿਣ ਲੱਗੇ ਕਿ ਦੁਸ਼ਮਣ ਆਉਂਦਾ ਹੈ, ਦਰਬਾਰ ਸਾਹਿਬ ਦੀ ਬੇਅਦਬੀ ਕਰਕੇ ਚਲਾ ਜਾਂਦਾ ਹੈ, ਕੌਮ ਨੂੰ ਇੱਕਜੁੱਟ ਕੀਤਾ ਜਾਣਾ ਚਾਹੀਦਾ ਹੈ। ਉਦੋਂ ਸਾਧ ਸੰਗਤ 25 ਜਥੇ ਤਿਆਰ ਕੀਤੇ ਗਏ, ਜਿਨ੍ਹਾਂ ਨੂੰ 25 ਰੈਜੀਮੈਂਟਾਂ ਕਿਹਾ ਜਾਂਦਾ ਸੀ, 25 ਆਗੂ ਕੌਮ ਦੇ। ਤੇ ਭਾਗਾਂ ਵਾਲਿਓ, ਇੱਕ ਰਾਮ ਰੋਣੀ ਦਾ ਕਿਲ੍ਹਾ ਬਣਾਇਆ ਗਿਆ ਸੀਗਾ ਵੀ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ, ਨੌਜਵਾਨਾਂ ਨੂੰ ਵੀ ਇੱਥੇ ਨੌਜਵਾਨਾਂ ਨੂੰ ਸ਼ਾਸਨ ਟ੍ਰੇਨਿੰਗ ਇੱਥੇ ਦਿੱਤੀ ਜਾ ਸਕੇ। ਬਾਅਦ ਵਿੱਚ ਉਹ ਕਿਲ੍ਹਾ ਜਿਹੜਾ ਸੀ ਰਾਮਗੜ੍ਹ ਦੇ ਨਾਮ ਨਾਲ ਤਬਦੀਲ ਹੋ ਗਿਆ। ਤੋ ਇਹ ਸੀ 1746। 1757 ਦੀ ਦੀਵਾਲੀ ਵੀ ਬੜੀ ਖੂਨੀ ਦੀਵਾਲੀ ਸੀ, ਜਦੋਂ ਅਬਦਾਲੀ ਨੇ ਸਾਧ ਸੰਗਤ ਜੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਸੀਗਾ, ਉਸੇ ਵਕਤ ਕਮਰ ਕੱਸਾ ਕੀਤਾ ਸੀਗਾ, ਤੁਰ ਪਏ ਸੀ। ਕਿਸੇ ਨੇ ਕਿਹਾ ਸੀ ਤੁਸੀਂ ਇਕੱਲੇ ਹੋ, ਕਹਿੰਦੇ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਸਤਿਗੁਰੂ ਹੈ। ਤਾਂ ਭਾਗਾਂ ਵਾਲੇ ਉਹ ਸੰਗਰਾਣਾ ਸਾਹਿਬ ਦੀ ਧਰਤੀ ਤੱਕ ਆਉਂਦਿਆਂ 5000 ਸਿੰਘ ਨੌਜਵਾਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੀ। ਤੇ ਬਚਨ ਇਹ ਕੀਤੇ ਸੀਗੇ ਕਿ ਐਵੇਂ ਫੋਕੇ ਜਕਾਰੇ ਨਾ ਛੱਡਿਓ, ਜਿਨ੍ਹਾਂ ਨੇ ਆਪਣਾ ਸਿਰ ਤਲੀ ਉੱਤੇ ਰੱਖ ਲਿਆ ਅੱਗੇ ਉਹੀਓ ਹੁਣ ਸ਼ਹਾਦਤਾਂ ਦੇ ਜਾਮ ਪੀਤੇ। 5000 ਨੇ 30000 ਦਾ ਡਟ ਕੇ ਮੁਕਾਬਲਾ ਕੀਤਾ। ਇਹ 1757 ਦੀ ਖੂਨੀ ਦੀਵਾਲੀ ਸੀ। 1760 ਦਾ ਸਮਾਂ ਆਇਆ, ਕੌਮ ਉਦੋਂ ਵੀ ਆਗੂ ਪੰਥ ਦੇ ਭਾਈ ਜੱਸਾ ਸਿੰਘ ਜੀ ਆਲੂ ਵਾਲੀਆ ਹਨ, ਤੇ ਉਹਨਾਂ ਨੇ ਵੇਖਿਆ ਵੀ ਇਹ ਸਾਰੇ ਦੇ ਫੈਸਲੇ ਕਿੱਥੋਂ ਹੁੰਦੇ ਹਨ। ਇਹ ਫੈਸਲੇ ਲਾਹੌਰ ਤੋਂ ਹੁੰਦੇ ਨੇ ਸਿੱਖਾਂ ਨੂੰ ਖਤਮ ਕਰਨ ਦੇ, ਕਿਉਂ ਨਾ ਪਹਿਲਾਂ ਲਾਹੌਰ ਨੂੰ ਫਤਿਹ ਕੀਤਾ ਜਾਏ। ਲਾਹੌਰ ਗਏ ਤੇ ਇੱਥੇ ਸਾਧ ਸੰਗਤ ਜੀ ਸ਼ਹੀਦ ਮੁਹੰਮਦ ਖਾਨ ਗੱਦੀ ਤੇ ਬੈਠਾ ਸੀ, ਉਸ ਨੂੰ ਗਵਰਨਰ ਥਾਪਿਆ ਸੀ ਅਬਦਾਲੀ ਨੇ। ਤੇ ਜਦੋਂ ਵੇਖਿਆ ਵੀ ਖਾਲਸਾ ਪੰਥ ਆ ਗਿਆ, ਇਹਨੇ ਅੱਗੇ ਹੱਥ ਜੋੜ ਦਿੱਤੇ, ਮੈਂ ਤੁਹਾਡਾ ਗੁਲਾਮ ਹਾਂ। ਇਸੇ ਤਰ੍ਹਾਂ ਸਾਧ ਸੰਗਤ 1761 ਦੀ ਦੀਵਾਲੀ, ਖਾਲਸੇ ਨੇ ਮਤਾ ਪਕਾਇਆ ਸੀ ਅਕਾਲ ਤਖ਼ਤ ਸਾਹਿਬ ਤੇ ਬਹਿ ਕਰਕੇ, ਕਿ ਜਿੰਨੇ ਮੁਖਬਰੀ ਕਰਦੇ ਨੇ ਆਕਲ ਦਾਸ ਵਰਗੇ, ਜੈਨ ਖਾਂ ਵਰਗੇ, ਉਸਮਾਨ ਖਾਂ ਵਰਗੇ, ਉਹਨਾਂ ਸਾਰਿਆਂ ਨੂੰ ਸੋਧਿਆ ਜਾਏ। 1762 ਦੀ ਦੀਵਾਲੀ, ਇਹਦੇ ਤੋਂ ਵੱਡਾ ਪਹਿਲਾਂ ਵੱਡਾ ਘੱਲੂਘਾਰਾ ਵਾਪਰਿਆ ਸੀ ਅਬਦਾਲੀ ਨੇ। 35000 ਸਿੱਖਾਂ ਦਾ ਕਤਲੇਆਮ ਕੀਤਾ ਸੀ ਇੱਕ ਦਿਨ ਦੇ ਵਿੱਚ। ਤੇ ਜਦੋਂ ਦੀਵਾਲੀ ਦਾ ਸਮਾਂ ਆਇਆ, ਸਿੱਖ ਇਕੱਠੇ ਹੋਏ ਨਾ, ਤੇ ਇਹ ਫਿਰ ਚੜ੍ਹਾਈ ਕਰਕੇ ਆਇਆ, ਪਰ ਸਾਧ ਸੰਗਤ ਸਿੱਖ ਤਿਆਰ ਬੈਠੇ ਸੀਗੇ, ਤੇ ਇਹੋ ਜਿਹੀਆਂ ਭਾਜੜਾਂ ਪਾਈਆਂ ਸੀ ਅਬਦਾਲੀ ਨੂੰ ਵੀ ਇਹਨੇ ਰਾਵੀ ਦਰਿਆ ਨੂੰ ਪਾਰ ਕਰਕੇ ਲਾਹੌਰ ਜਾ ਕੇ ਸਾਹ ਲਿਆ ਸੀ। ਇਹਦੇ ਤੋਂ ਬਾਅਦ ਅਗਲੀ ਦੀਵਾਲੀ ਤੇ ਫਿਰ ਇਹ ਹੱਲਾ ਕਰਦਾ ਹੈ, ਤੇ ਸਾਧ ਸੰਗਤ ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਦੀਵਾਲੀ ਤੋਂ ਪਹਿਲਾਂ ਇਹ ਰੋਕ ਲਾ ਦਿੰਦਾ, ਨਾਕਾਬੰਦੀ ਕਰ ਦਿੰਦਾ ਵੀ ਸਿੱਖ ਇਕੱਠੇ ਹੁੰਦੇ ਨੇ ਇੱਥੇ, ਮਤੇ ਪਕਾਏ ਜਾਂਦੇ ਨੇ, ਮੈਨੂੰ ਦੇਸ਼ ਉਜਾੜਨ ਨਹੀਂ ਦਿੱਤਾ ਜਾਂਦਾ। ਤੇ ਸਿੱਖਾਂ ਨੇ ਉਸ ਵਕਤ ਫਿਰ ਬਾਬਾ ਗੁਰਬਖਸ਼ ਸਿੰਘ, 30 ਸਿੱਖ ਸੀਗੇ ਤੇ ਕਿੰਨੇ ਹਜ਼ਾਰ ਮੁਗਲਾਂ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ, ਬਾਬਾ ਗੁਰਬਖਸ਼ ਸਿੰਘ ਨੇ ਸ਼ਹੀਦੀ ਦਾ ਜਾਮ ਪੀਤਾ। 1765 ਦੀ ਦੀਵਾਲੀ ਤੇ ਖਾਲਸਾ ਰਾਜ ਸਥਾਪਿਤ ਹੋ ਗਿਆ, ਤੇ ਭਾਈ ਬਘੇਲ ਸਿੰਘ ਤੇ ਜੱਸਾ ਸਿੰਘ ਆਲੂ ਵਾਲੀਏ ਨੇ ਦਿੱਲੀ ਦੀ ਧਰਤੀ ਤੇ ਨਿਸ਼ਾਨ ਸਾਹਿਬ ਚਲਾ ਦਿੱਤਾ। 1795 ਤੋਂ 1800 ਤੱਕ 6 ਸਾਲ ਲਗਾਤਾਰ ਗੁਰਮਤੇ ਉਲੀਕੇ ਜਾਂਦੇ ਰਹੇ ਖਾਲਸੇ ਪੰਥ ਵੱਲੋਂ। ਇਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ, ਸਾਧ ਸੰਗਤ ਜੀ, ਉਹਨਾਂ ਦਾ ਸਮਾਂ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ। ਇਹ ਪੰਥ ਕੌਮ ਦੇ ਨਾਲ ਇੱਕ ਧਰੋਹ ਸੀ, ਧੱਕਾ ਸੀ, ਉਹਦੇ ਤੋਂ ਫਿਰ ਸਰਬੱਤ ਖਾਲਸਾ ਜਿਹੜਾ ਇਕੱਠਾ ਹੁੰਦਾ ਸੀ ਉਹ ਬੰਦ ਹੋ ਗਿਆ, ਇਕੱਠ ਹੋਣਾ ਬੰਦ ਹੋ ਗਿਆ। ਤੇ ਸਾਧ ਸੰਗਤ ਜੀ, ਬੜਾ ਘਾਟਾ ਕੌਮ ਨੂੰ ਪਿਆ। ਫਿਰ 1922 ਜੈਤੋ ਦਾ ਮੋਰਚਾ ਜਦੋਂ ਲੱਗਾ 14 ਨਵੰਬਰ ਨੂੰ, ਉਹ ਵੀ ਦੀਵਾਲੀ ਦਾ ਦਿਨ ਸੀ। ਇਹਦੇ ਤੋਂ ਬਾਅਦ 31 ਅਕਤੂਬਰ ਦਾ ਦਿਨ ਸਾਨੂੰ ਕਦੇ ਨਹੀਂ ਭੁੱਲ ਸਕਦਾ, ਸਾਧ ਸੰਗਤ 1984। ਕਿਵੇਂ ਭੁੱਲ ਸਕਦੇ ਹਾਂ ਆਪਾਂ? ਭਾਗਾਂ ਵਾਲਿਓ, ਇੱਕ ਪਾਸੇ ਤੇ ਸਾਰਾ
हिंदुस्तान दिवाली मना रहा है, जश्न विच डुब्या, पटाके चलाए जाते हैं, आतिशबाजी की जाती है। जो अक्तूबर नूं प्राइम मिनिस्टर दा साध संगत कतल हुंदा है, उहदा सोधा लाया जांदा है गुरमुखां दे द्वारा, ते इहदे तों बाद फिर उह सुखां सिखां दे नाल खून दी दिवाली खेडदे ने। बच्चियां दे मूंह दे विच पट्रोलां दे तुबके पा पा करके, तुंबे पा पा के साध संगत उहनां नूं बंब बना बना के डाया गया, गलां विच टायर पा पा के उहनां नूं साड़िया गया। बच्चे बजुर्ग इत्थों तक कि निर्दोष इस्त्रियां किसे नूं भी नहीं बख्शिया गया। सात संगत ओ सिख किदां भुल सकदा खूनी दिवाली, भी घट्टो घट 2-2.5 लाख सिख कौम सिखां दी नस्ल घात करन दी जिहड़ी उहनां दी साजिश सी उहदे विच ओह कामयाब होए। गुरु दे प्यार वालिओ, अज सानूं सारिआं नूं जे असीं बंदी छोड़ दिवस मना रहे हां ना, अज वी जिहड़े साडे वीर जेलां दे विच बंद हन ना, ते उहनां दी रिहाई वास्ते कुझ मते पकाउणे चाहीदे हन। सात संगत कुझ पढ़न लैणा चाहीदा है भी असीं गुरमत दी रोशनी दे विच बंदी छोड़ सतगुर दा दिहाड़ा मना रहे हैं, ते कुछ असीं भी पर्ण करिए कि सच्चे पातशाह उन्हां दी रिहाई दे वास्ते कुछ ठोस कदम असीं उलीकीए। सब तो पहला असीं होइए एक, वंडियां विच ना असीं पईए, एकता दे सूत्र दे विच परोए जाइए। एकता इहो जिहा हथियार है भागां वाले, जिहदे अगे दुनिया की कोई ताकत नहीं जे अड़ सकती, ते इसे एकता की साडे कोल कमी है। सो साध संगत जी, समा सीमित समाप्त, इन्ने बचन प्रवान करने। आप सारिया गुरु प्यारियां गुरु सवारियां संगतां दा बहुत बहुत धन्नवाद, मान सम्मान दा धन्नवाद, गुरु घर दे प्रबंधक सज्जणां दा धन्नवाद। सिख चैनल जे साडे कोल मीडिया है साध संगत, देखो अज इहदे राहीं असीं अपने जिहड़े विचार ने ना, उह सिख समाज तक दूर दूर तक अपने भाईचारे तक पहुंचा सकते हैं। इस करके सानू सारिया नू इस चैनल नू प्रमोट करन दी लोड़ आ, असी वध चढ़ के इस चैनल दा साथ दईए, क्योंकि जिन्नी देर तक साडे को मीडिया नहीं उन्नी देर तक साडा प्रचार नहीं। तो असी साध संगत जी सारिया ने एक मिक हो करके गुरमत सिद्धांतां ते पहरा देण दा यतन करना है, तां साडे बंदी छुड़ दिवस मनाए सफल ने। करो कृपा, बख्शो असीस फुल चुक दी कि माखो जी। वाहिगुरु जी का खालसा, वाहिगुरु जी की फतेह। ਪਰਥਾਏ ਥੋੜੀ ਜੀ ਸਾਂਝ ਪਾ ਲਈਏ ਵੀ ਇਹਦੇ ਨਾਲ ਕੀ ਮਿੱਥ ਜੁੜੀ ਪਈ ਹੈ, ਤੇ ਬਾਅਦ ਦੇ ਵਿੱਚ ਸਾਨੂੰ ਬੰਦੀ ਛੋੜ ਦਿਵਸ ਦਾ ਇਤਿਹਾਸ ਜੋ ਤਕਰੀਬਨ ਆਪਾਂ ਨੂੰ ਪਤਾ ਹੈ, ਉਹ ਵੀ ਆਪਾਂ ਗੁਰਮਤਿ ਦੀ ਰੋਸ਼ਨੀ ਵਿੱਚ ਸਾਂਝਾ ਕਰਨਾ ਹੈ। ਤੇ ਭਾਗਾਂ ਵਾਲਿਓ, ਮੈਂ ਦੀਵਾਲੀ ਦਾ ਥੋੜਾ ਜਿਹਾ ਇਤਿਹਾਸ ਆਪ ਨਾਲ ਸਾਂਝਾ ਕਰਨ ਤੋਂ ਪਹਿਲਾਂ ਇਹ ਜ਼ਰੂਰ ਆਪ ਜੀ ਨੂੰ ਬਚਨ ਕਹਿ ਦੇਵਾਂ ਵੀ ਸਿੱਖ ਪੰਥ ਦੇ ਵਿੱਚ ਬੜੀਆਂ ਦੀਵਾਲੀਆਂ ਆਈਆਂ, ਬਹੁਤ ਜ਼ਿਆਦੀਆਂ ਦਿਵਾਲੀਆਂ ਨੇ। ਸਾਨੂੰ ਕੇਵਲ ਸਾਧ ਸੰਗਤ ਜੀ ਦੁੱਖ ਹੀ ਦਿੱਤੇ ਨੇ, ਸੁੱਖ ਤਾਂ ਸਾਨੂੰ ਦਿੱਤੇ ਹੀ ਕੋਈ ਨਹੀਂ, ਸੁੱਖ ਤਾਂ ਕਿਸੇ ਇੱਕ ਅੱਧੀ ਦਿਵਾਲੀ 'ਤੇ ਸਾਨੂੰ ਮਿਲੇ ਨੇ। ਦੀਵਾਲੀ ਇਹਦਾ ਇਹਨੂੰ ਆਮ ਕਰਕੇ ਦੀਪਵਾਲੀ ਵੀ ਕਿਹਾ ਜਾਂਦਾ ਹੈ, ਬਈ ਦੀਵੇ ਬਾਲੇ ਜਾਂਦੇ ਹਨ, ਬਸ ਦੀਵਿਆਂ ਦਾ ਤਿਉਹਾਰ ਹੈ, ਅਤੇ ਸਨਾਤਨ ਮਤ ਦਾ ਇਹ ਤਿਉਹਾਰ ਹੈ। ਉਹਨਾਂ ਦੇ ਮੁਤਾਬਕ ਰਾਮ ਚੰਦਰ ਜੀ ਰਾਵਣ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਅੱਜ ਦੇ ਦਿਨ ਅਯੋਧਿਆ ਵਿੱਚ ਵਾਪਸ ਪਰਤੇ ਸਨ, ਅਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਨਾ ਇਹ ਦੀਵਾਲੀ ਦਾ ਤਿਉਹਾਰ ਮਨਾਇਆ, ਦੀਵੇ ਬਾਲੇ ਸਨ, ਦੀਪਮਾਲਾ ਕੀਤੀ ਸੀ। ਤਾਂ ਭਾਗਾਂ ਵਾਲਿਓ, ਥੋੜ੍ਹਾ ਜਿਹਾ ਅਸੀਂ ਇਸ ਗੱਲ ਨੂੰ ਵਿਚਾਰਨ ਦਾ ਯਤਨ ਕਰੀਏ ਕਿ ਠੀਕ ਹੈ, ਜਿਨ੍ਹਾਂ ਦਾ ਇਹ ਤਿਉਹਾਰ ਹੈ ਉਹ ਇਸ ਤਿਉਹਾਰ ਨੂੰ ਰੱਜ ਰੱਜ ਕੇ ਮਨਾਉਣ। ਇਹ ਮਨੁ ਸਿਮਰਤੀ ਦੇ ਆਧਾਰ ਦੇ ਉੱਤੇ ਭਾਰਤ ਸਮਾਜ ਦੀ, ਯਾਨੀ ਕਿ ਭਾਰਤ ਵਿੱਚ ਰਹਿਣ ਵਾਲੀ ਮਨੁੱਖਤਾ ਦੀ ਵੰਡ ਕੀਤੀ ਗਈ, ਵੰਡੀਆਂ ਪਾ ਦਿੱਤੀਆਂ ਗਈਆਂ। ਜੇਕਰ ਇਸ ਤਿਉਹਾਰ ਦੀ ਬੁਨਿਆਦ ਨੂੰ ਵੇਖਿਆ ਜਾਏ ਤਾਂ ਇਹ ਤਿਉਹਾਰ ਜਿਹੜਾ ਦੀਵਾਲੀ ਦਾ ਪਹਿਲਾਂ ਤਾਂ ਇੱਥੋਂ ਹੀ ਗਲਤ ਹੈ। ਮੈਂ ਉਹਨਾਂ ਦੇ ਤਿਉਹਾਰਾਂ 'ਤੇ ਕੋਈ ਟੀਕਾ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਆਪਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਸਾਧ ਸੰਗਤ ਜੀ ਬਚਨ ਸਾਂਝੇ ਕਰਨੇ ਨੇ ਕਿ ਭਾਗਾਂ ਵਾਲਿਓ, ਤੁਸੀਂ ਵੇਖੋ 4 ਵਰਨਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਉਹਨਾਂ ਦੇ ਮਿੱਥੇ ਹੋਏ ਭਗਵਾਨ ਦੇ ਦੁਆਰਾ। ਇੱਕ ਸੀ ਬ੍ਰਾਹਮਣ, ਇੱਕ ਸੀ ਖੱਤਰੀ, ਇੱਕ ਸੀ ਵੈਸ਼ ਤੇ ਇੱਕ ਸੀ ਸ਼ੂਦਰ। ਜਿਹੜਾ ਬ੍ਰਾਹਮਣ ਹੈ ਇਹ ਕਹਿੰਦਾ ਮੈਂ ਬ੍ਰਹਮਾ ਦੇ ਮੁਖ ਤੋਂ ਪਰਬੀਣਾ, ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋਂ ਦੁੱਧ ਪੀਣਾ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓੜੀਣਾ, ਗੁਰਮੁਖ ਮਨ ਅਪਤੀਜ ਪਤੀਣਾ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤਿਹਾਟੈ, ਸਤਿਗੁਰ ਸਿੱਖ ਕੋ ਨਾਮ ਧੰਨ ਦੇ।
ਗੁਰ ਕਾ ਸਿੱਖ ਵੱਡ ਪਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਨਿਮਰ ਬੇਨਤੀ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਤਿਕਾਰ ਅਦਬ ਦੇ ਨਾਲ ਪੈਦਾ ਹੋਇਆ, ਇਸ ਕਰਕੇ ਮੈਂ ਅੰਦਰੋਂ ਵੀ ਪਵਿੱਤਰ ਹਾਂ ਤੇ ਬਾਹਰੋਂ ਵੀ ਪਵਿੱਤਰ ਹਾਂ, ਮੈਂ ਜੋ ਚਾਹਵਾਂ ਉਹ ਕਰ ਸਕਦਾ ਵਾਂ। ਤਾਂ ਇਹ ਆਪਣੇ ਆਪ ਨੂੰ ਕੀ ਕਹਿੰਦਾ ਹੈ? ਇਹ ਕਹਿੰਦਾ ਸਾਧ ਸੰਗਤ ਜੀਓ ਕਿ ਜਿਹੜਾ ਮੇਰਾ ਤਿਆਰ ਹੈ ਉਹ ਵਿਸਾਖੀ ਹੈ। ਵਧੀਆ ਤਿਆਰ ਆਪਦੇ ਕੋਲ ਇਹਨੇ ਰੱਖ ਲਿਆ ਤੇ ਜਿਹੜਾ ਸੀ ਸਾਧ ਸੰਗਤ ਜੀ ਖੱਤਰੀ, ਇਸ ਨੂੰ ਦੇ ਦਿੱਤਾ ਦੁਸਹਿਰਾ ਕਿ ਇਹਨੇ ਰਣਭੂਮੀ ਦੇ ਵਿੱਚ ਲੜਨਾ, ਇਹਦੀਆਂ ਬਾਹਾਂ ਵਿੱਚ ਬਾਹੂ ਬਲ ਚਾਹੀਦਾ। ਤੀਜੇ ਨੰਬਰ ਦੇ ਉੱਤੇ ਸੀਗਾ ਵੈਸ, ਇਹਨਾਂ ਨੂੰ ਇਹ ਦੀਵਾਲੀ ਦਾ ਤਿਉਹਾਰ ਦੇ ਦਿੱਤਾ। ਵੈਸੇ ਇਹ ਕਿਰਤੀਆਂ ਦਾ ਤਿਉਹਾਰ ਸੀ, ਜਿਹੜੇ ਮਿਹਨਤ ਕਰਿਆ ਕਰਦੇ ਸਨ। ਤੇ ਸਾਧ ਸੰਗਤ ਜੀ ਉਹ ਮਹਿੰਗਾ ਤੇ ਥੋੜੇ ਵਕਤ ਵਾਲਾ ਜਿਹੜਾ ਤਿਉਹਾਰ ਉਹ ਦੇ ਦਿੱਤਾ ਇਹ ਵੈਸ਼ਾਂ ਨੂੰ। ਦੀਵਾਲੀ ਦਾ ਤਿਉਹਾਰ ਉਹਨਾਂ ਦੇ ਹਿੱਸੇ ਵਿੱਚ ਆਇਆ ਤੇ ਜਿਹੜੇ ਸਭ ਤੋਂ ਥੱਲੇ ਸਨ, ਸਮਝੇ ਜਾਂਦੇ ਜਿਹਨਾਂ ਨੂੰ ਪੈਰ ਦੀ ਜੁੱਤੀ ਵੀ ਆਖਿਆ ਜਾਂਦਾ ਸੀਗਾ, ਉਹ ਸਨ ਸ਼ੂਦਰ। ਤਾਂ ਸਾਧ ਸੰਗਤ ਉਹਨਾਂ ਦੇ ਵਾਸਤੇ ਤਿਉਹਾਰ ਰੱਖ ਦਿੱਤਾ ਗਿਆ ਹੋਲੀ, ਵੀ ਇਹ ਇੱਕ ਦੂਸਰੇ ਦੇ ਵਿੱਚ ਰੰਗ ਪਾਉਂਦੇ ਰਹਿਣ, ਇੱਕ ਦੂਸਰੇ ਦੇ ਉੱਤੇ ਹੜਦੰਗ ਮਚਾਉਂਦੇ ਰਹਿਣ ਤੇ ਇਹਨਾਂ ਨੂੰ ਪਤਾ ਹੀ ਨਾ ਲੱਗ ਸਕੇ ਵੀ ਅਸੀਂ ਵੀ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ। ਇਹ ਜਿਹੜਾ ਦੇਸ਼ ਹੈ, ਇਸ ਦੇਸ਼ ਦੇ ਕਾਨੂੰਨ ਸਾਰਿਆਂ ਦੇ ਵਾਸਤੇ ਬਰਾਬਰ ਹਨ ਤੇ ਇਹ ਫਿਰ ਸਾਡੀ ਕਿਤੇ ਬਰਾਬਰਤਾ ਦੇ ਉੱਤੇ ਆਣ ਕੇ ਨਾ ਖੜੇ ਹੋ ਜਾਣ। ਇਸ ਕਰਕੇ ਇਹਨਾਂ ਨੂੰ ਤਾਂ ਪਸ਼ੂਆਂ ਦੇ ਵਾਂਗ ਲਤਾੜ ਕਰਕੇ ਰੱਖੋ, ਇਹਨਾਂ ਉੱਤੇ ਤੁਸੀਂ ਰਾਜ ਕਰੋ। ਤਾਂ ਮੈਂ ਤੂਕ ਮਾਤਰ ਬੇਨਤੀ ਕਰ ਦੇਵਾਂ, ਕੇਵਲ 5% ਸਾਧ ਸੰਗਤ ਜੀ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ 90% ਦੇ ਉੱਤੇ ਰਾਜ ਪਏ ਕਰਦੇ ਨੇ। ਤੋ ਖੈਰ ਇਹ ਤਾਂ ਉਹਨਾਂ ਦੀ ਗੱਲ ਹੈ, ਉਹਨਾਂ ਦੇ ਧਾਰਮਿਕ ਚਿੰਨ੍ਹ ਵੀ ਵੱਖਰੇ ਵੱਖਰੇ ਮਿੱਥ ਦਿੱਤੇ ਗਏ, ਉਹਨਾਂ ਦੇ ਪਹਿਰਾਵੇ ਵੀ ਵੱਖਰੇ ਵੱਖਰੇ ਮਿੱਥ ਦਿੱਤੇ ਗਏ। ਸਾਧ ਸੰਗਤ ਵਿਤਕਰੇ ਖੜੇ ਕਰਦਾ ਹੋਵੇ ਜਿਹੜਾ ਤਿਉਹਾਰ, ਜਿਹੜੇ ਧਾਰਮਿਕ ਚਿੰਨ੍ਹ ਵਿਤਕਰੇ ਖੜੇ ਕਰਦੇ ਹੋਣ ਮੇਰੇ ਬਾਬੇ ਨਾਨਕ ਨੇ ਪਹਿਲਾਂ, ਤਾਂ ਉਹੀਓ ਕੋਈ ਨਹੀਂ। ਸਿੱਧ ਜੋ ਨਾ ਜਾਣੈ ਹਰ ਪ੍ਰਭ ਧਨੇ, ਕਿਛ ਨਾਹੀ ਤਾ ਕੈ ਕਮੀ, ਕਰਨੇ ਹਾਰ ਪਛਾਨਿਆ, ਸਰਬ ਸੁਖ ਰੰਗ ਮਾਣਿਆ, ਹਰ ਧਨ ਜਾ ਕੇ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ, ਹਰ ਧਨ ਜਾ ਕੇ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਪਾਰਸ ਪਰਸਿਐ, ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨ, ਵਾਸ ਸੁਵਾਸ ਕਰੈ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ, ਸਿਮਲ ਸਫਲ ਕਰੈ ਸੰਗ ਲੀਣਾ, ਗੁਰ ਤੀਰਥ ਦਰਿਆਉ ਹੈ, ਪਸ਼ੂ ਪ੍ਰੇਤ ਕਰੈ। ਹਜ਼ੂਰ ਕਿਰਪਾਲੂ ਦੇ ਪਾਵਨ ਪਵਿੱਤਰ ਮੁਬਾਰਕ ਚਰਣਾ ਕਮਲਾਂ ਵਿੱਚ ਸੀਸ ਝੁਕਾ ਕਰਕੇ
प्यार परी गुरफते दी आसीस बख्शो करो कृपा आखो जी वाहे गुरु जी का खालसा वाहे गुरु जी की फतेह। गुरु नानक नाम लेवा सिख संगतां अज समुचे वर्ल्ड दे विच बंदी छोड़ दिवस बड़ी धूम धाम दे नाल मना रहियां हन। तो भागां वालिओ गुरमत दी रोशनी दे विच आपां कुछ विचारां सांझियां करनियां हन भी बंदी छोड़ कौन है, सतगुरु सिख दे बंधन किवें कटदा है। इतिहासक स्रोत साढ़े कोल मौजूद हन या साडा जिहड़ा साध संगत गुरपुरब है, त्योहार है, वह बंदी छोड़ है या दिवाली है। बंदी छोड़ दिवस तो ज्यादा धूमधाम दे नाल आपां दिवाली नूं समर्पित होए हुए हाँ। भागां वालिओ मेरे सतगुरु पातशाह जी महाराज ने जो बख्शिशां कीतियां, मारिया शिक्का जगत विच नानक निर्मल पंथ चलाया। ये जड़ा निर्मल पंथ सीगा, इस दे साध संगत अपने त्योहार अपने गुरपुरब वखरे सीगे, पर पता नहीं क्यों साध संगत असी अपने गुरपुरबां नूं उतनी तरजीह नहीं दे पा रहे जितनी के अनमत दे जां होर धर्मां दे त्योहारां नूं दे रहे। जिवें कि होली दा त्योहार होवे, रखड़ी दा त्योहार होवे, ते जिवें अज साध संगत जी दिवाली दा त्योहार है। ये साडे त्योहार नहीं, ते साध संगत दिवाली असल विच ये हुंदा की है। पहला आपां ये दिवाली दे